ਲੋਕ ਕਿਸਾਨ ਭਰਾਵੋ ਤੇ ਮੇਰੀ ਭੈਣੋ, ਆਪਾਂ ਰੋਜ਼ ਹੀ ਲਗਭਗ ਵਿਚਾਰ ਸਾਂਝੇ ਕਰਦੇ ਹਾਂ ਆਪਣੇ ਵਾਸਤੇ। ਕਾਨੂੰਨਾਂ ਵਾਲਾ ਮਸਲਾ ਹੈ ਜਿਹੜਾ, ਇਹ ਇੰਨਾ ਲੰਮਾ ਸਮਾਂ ਚੱਲ ਗਿਆ, ਇਹ ਲੰਮਾ ਸਮਾਂ ਚੱਲ ਕੇ ਟੀਚੇ ਸਟੇਜ ਲਾਉਣ ਦਾ ਮੌਕਾ ਮਿਲ ਗਿਆ। ਇਹਦੇ ਵਿੱਚ ਸਾਡੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ, ਤੁਹਾਡੇ ਬਾਰੇ ਸਾਨੂੰ ਜਾਣਕਾਰੀ ਹੋਣੀ, ਇਹਦਾ ਇੱਕ ਸਬੱਬ ਬਣ ਗਿਆ। ਕਿਉਂਕਿ ਅਕਸਰ ਜਿਹੜੇ ਨਵੇਂ ਲੋਕ ਆਉਂਦੇ ਨੇ ਜਥੇਬੰਦੀਆਂ 'ਚ, ਉਹਨਾਂ ਨੂੰ ਜਥੇਬੰਦੀਆਂ ਬਾਰੇ ਅਕਸਰ ਪਤਾ ਨਹੀਂ ਹੁੰਦਾ। ਆਮ ਸੱਥਾਂ ਦੇ ਵਿੱਚ ਗੱਲ ਚੱਲਦੀ ਹੈ ਵੀ ਜਿਹੜੇ ਸਾਰੇ ਲੋਕ ਆਹ ਲੀਡਰ ਫਿਰਦੇ ਨੇ ਮੂਹਰੇ ਲੱਗੇ, ਇਹ ਆਪਦੇ ਘਰ ਵਾਸਤੇ ਆਪਦੇ ਢਿੱਡ ਵਾਸਤੇ ਫਿਰਦੇ ਨੇ। ਜੇ ਢਿੱਡ ਦੀ ਗੱਲ ਕਰਨੀ ਹੋਵੇ, ਰੋਟੀ ਨਾਲ ਜੋੜ ਕੇ ਕਰਨੀ ਹੋਵੇ, ਫਿਰ ਤਾਂ ਤੁਹਾਡਾ ਐਂਗਲ ਠੀਕ ਹੈ, ਫਿਰਦੇ ਤਾਂ ਅਸੀਂ ਬਾਈ ਢਿੱਡ ਵਾਸਤੇ। ਪਰ ਜੇ ਇਹਦਾ ਢਿੱਡ ਦਾ ਮਾਣਾ ਦੂਜਾ ਕੱਢਣਾ ਹੋਵੇ ਕਿਸੇ ਨੇ, ਵੀ ਇਹ ਤਾਂ ਘਰ ਦੇ ਕਮਾਊ ਪੁੱਤ ਨੇ, ਸ਼ਾਮ ਨੂੰ ਕੁਛ ਨਾ ਕੁਛ ਬਣਾ ਕੇ ਲਿਆਉਂਦੇ ਨੇ, ਇਹ ਸੂਈ ਜਾਂਦੀ ਹੈ ਉਧਰਲੇ ਪਾਸੇ, ਜਿਹਦੇ ਚ ਪੰਜਾਬ ਦੇ ਵਿੱਚ ਵੱਡਾ ਹਿੱਸਾ ਇਹ ਕੰਮ ਕਰਦਾ ਰਿਹਾ, ਇਹ ਕੰਮ ਕਰ ਰਿਹਾ। ਇਸ ਕਰਕੇ ਉਹਨਾਂ ਤੋਂ ਪਹਿਲੇ ਹੀ ਦੂਰ ਰਹਿਣ ਦਾ ਫੈਸਲਾ ਕਰ ਲੈਂਦੇ ਨੇ ਲੋਕ, ਵੀ ਛੱਡੋ ਯਾਰ ਇਹਨਾਂ ਇਹਨਾਂ ਚੋਂ ਕੀ ਕੱਢਾਂ। ਪਰ ਕਿਸੇ ਵੀ ਖਿਡਾਰੀ ਦਾ, ਕਿਸੇ ਲਿਖਾਰੀ ਦਾ, ਕਿਸੇ ਕਲਮਕਾਰ ਦਾ, ਕਿਸੇ ਗੀਤਕਾਰ ਦਾ, ਕਿਸੇ ਕਲਾਕਾਰ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਫੀਲਡ 'ਚ ਆਉਂਦਾ ਜਾਂ ਸਟੇਜਾਂ 'ਤੇ ਆਉਂਦਾ। ਐਸ ਸਾਡੀ ਜਥੇਬੰਦੀ ਦਾ ਕੀ ਪ੍ਰੋਗਰਾਮ ਹੈ, ਕੀ ਜਾਣਕਾਰੀ ਹੈ, ਕਿੱਧਰ ਨੂੰ ਜਾਣਾ ਚਾਹੁੰਦੀ ਹੈ, ਕਿਹੜੀਆਂ ਕਿਹੜੀਆਂ ਇਹਦੇ 'ਚ ਪਾਬੰਦੀਆਂ ਨੇ, ਕਿੱਥੇ ਨਹੀਂ ਜਾ ਸਕਦੇ, ਕੀ ਨਹੀਂ ਕਰ ਸਕਦੇ, ਤੁਹਾਨੂੰ ਸਾਡੇ ਬਾਰੇ ਜਾਣਕਾਰੀ ਪਹਿਲਾਂ ਨਹੀਂ ਸੀ। ਕਿਉਂਕਿ ਸਾਡੇ ਕੋਲ ਤਾਂ 600 ਪਿੰਡਾਂ ਦੇ ਵਿੱਚ ਕੰਮ ਸੀ ਤੇ ਹੁਣ ਲਗਭਗ 1500 ਪਿੰਡਾਂ ਦੇ ਵਿੱਚੋਂ ਕਾਈਆਂ ਸਾਡੇ ਭਗਤ ਪ੍ਰੋਗਰਾਮਾਂ 'ਚ ਆਈਆਂ ਹੋਈਆਂ, ਜਿਹੜੀਆਂ 900 ਕਾਈਆਂ ਸਾਡੇ ਵਿੱਚ ਆਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਇਸ ਕਰਕੇ ਆ ਗਿਆ ਵੀ ਯਾਰ ਆਹ ਜਥੇਬੰਦੀ ਨੂੰ ਚੰਗੀ ਸਮਝਦੇ ਹਾਂ, ਵੀ ਇਹਦੇ ਚੱਲੀ ਆ। ਇੰਨੀ ਕੁ ਗੱਲ ਸਾਡੇ ਵਾਸਤੇ ਜਾਣਨੀ ਕਾਫੀ ਨਹੀਂ ਹੈ, ਸਾਡੇ ਵਾਸਤੇ ਇਹ ਜਾਣਨਾ ਵੀ ਰਾਹ ਕੀ ਹੈ ਇਹਨਾਂ ਦਾ, ਲੜਦੇ ਕਿਵੇਂ ਨੇ, ਤਰੀਕਾਕਾਰ ਕੀ ਹੈ, ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਰਹਿ ਕੇ ਆਪਾਂ ਨੂੰ ਉਹ ਬੰਦ ਕਰਨੀਆਂ ਪੈਣਗੀਆਂ, ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਆਪਾਂ ਇਹਨਾਂ ਦੇ ਕਿਸੇ ਤੋਂ ਛੱਡ ਸਕਦੇ ਹਾਂ। ਜੇ ਉਹ ਪ੍ਰਵਾਨ ਹੋਣਗੀਆਂ ਫਿਰ ਇੱਧਰ ਕੰਮ ਕਰਨਾ ਸੌਖਾ ਹੈ। ਯਾਨੀ ਇੱਕ ਗੱਲ ਤਾਂ, ਪਹਿਲੀ ਗੱਲ ਤਾਂ ਇਹ ਹੈ ਜਦੋਂ ਕਿਸੇ ਦੀ ਮਾੜੀ ਜਿਹੀ ਬੁੱਕਤ ਹੋ ਜੇ, ਚਾਰ ਬੰਦੇ ਮੰਨਣ ਲੱਗ ਜਾਣ ਤਾਂ ਸੱਥਾਂ 'ਚ ਗੱਲ ਚੱਲਣ ਲੱਗ ਪੈਂਦੀ ਹੈ ਵੀ ਐਤਕੀ ਦਾ ਜਾ ਰਿਹਾ ਕਿੰਦੇ ਨੂੰ ਬਣਾਈਏ ਆਪਾਂ ਮੈਂਬਰ ਪੰਚਾਇਤ, ਬੰਦਾ ਖਰਾ ਹੈ ਜਾਂ ਇਹੋ ਜਿਹੀ ਆ ਵੀ ਯਾਰ ਬੰਦਾ ਇਮਾਨਦਾਰ ਹੈ, ਇਹਦੋਂ ਪੁਲਿਸ ਵੀ ਡਰਦੀ ਹੈ, ਇਹ ਜਥੇਬੰਦੀ ਦਾ ਕੰਮ ਕਰਦਾ, ਇਹਨੂੰ ਆਪਾਂ ਸਰਪੰਚ ਬਣਾ ਦਿਓ, ਪੁਲਿਸ ਪਿੰਡ 'ਚ ਨਹੀਂ ਬਣਿਆ। ਫਿਰ ਤੁਸੀਂ ਚਾਰ ਬੰਦੇ ਇਕੱਠੇ ਹੋ ਕੇ ਜਾਂਦੇ ਹੋ ਬਾਈ ਸਰਪੰਚ ਬਣ ਜਾ, ਤੈਨੂੰ ਬਾਈ ਬਿਨਾਂ ਵੋਟਾਂ ਤੋਂ ਬਣਾ ਦੇਣ। ਫਿਰ ਕਈ ਵਾਰ ਤਾਂ ਜਿਹੜੇ ਕੱਚੇ ਹੁੰਦੇ ਨੇ ਸਾਨੂੰ ਸਤਿ ਸ੍ਰੀ ਅਕਾਲ ਕਹਿ ਦਿੰਦੇ ਨੇ, ਸਰਪੰਚ ਬਣ ਜਾਂਦੇ, ਕਿਉਂਕਿ ਦੋ ਪਾਸੇ ਰਹਿ ਨਹੀਂ ਸਕਦਾ, ਜੇ ਸਰਪੰਚ ਬਣ ਗਿਆ ਤਾਂ ਸਾਡਾ ਨਹੀਂ, ਜੇ ਸਾਡਾ ਤਾਂ ਸਰਪੰਚ। ਯਾਨੀ ਇਹ ਪਾਬੰਦੀ ਹੈ ਵੀ ਤੁਸੀਂ ਚੋਣ ਨਹੀਂ ਲੜ ਸਕਦੇ। ਹੁਣ ਤੁਸੀਂ ਕਹੋਗੇ ਵੀ ਸਰਪੰਚਾਂ ਬਿਨਾਂ ਤਾਂ ਸਰਦਾ ਨਹੀਂ, ਸਰਪੰਚ ਤਾਂ ਬਣਾਉਣੇ ਪੈਂਦੇ ਆ, ਐਂ ਤਾਂ ਕੋਈ ਪਾਬੰਦੀ ਨਹੀਂ, ਤੁਸੀਂ ਬਣਾ ਦਿਓ, ਹੋਰ ਬਹੁਤ ਪਿੰਡ ਹੈ, ਸਰਪੰਚ ਬਣਾ ਦਿਓ, ਸਰਪੰਚ ਬਣਾ ਦਿਓ, MLA ਬਣਾ ਦਿਓ, MP ਬਣਾ ਦਿਓ, ਸਰਕਾਰ ਬਣਾ ਦਿਓ, ਸੁਸਾਇਟੀ ਦੀ ਚੋਣ ਕਰ ਲਓ, ਰੋਕਿਆ ਨਹੀਂ ਕਿਉਂ ਕਿਤੇ, ਕਿਉਂਕਿ ਅਸੀਂ ਰੋਕਣ ਦੀ ਹਾਲਤ 'ਚ ਹੀ ਨਹੀਂ। ਪਰ
ਜਥੇਬੰਦੀ ਦੇ ਸੂਲਾਂ ਮੁਤਾਬਕ ਤੁਸੀਂ ਨਾ ਸਰਪੰਚ ਬਣ ਸਕਦੇ ਹੋ ਨਾ ਪੰਚਾਇਤ ਮੈਂਬਰ ਬਣ। ਜੇ ਇੱਧਰ ਆਗੂ ਕਰਨ ਪੜਨਾ ਤਾਂ ਦੋ ਬੇੜੀਆਂ, ਕਿਉਂਕਿ ਅਸੀਂ ਇਹ ਸਮਝਦੇ ਹਾਂ ਜਿਹੜਾ ਸਰਕਾਰ ਦਾ ਪੰਚਾਇਤ ਹੈ ਜੀ, ਪੰਚਾਇਤ ਸਰਕਾਰ ਦੀ ਹੇਠਲੀ ਪੌੜੀ ਹੈ। ਨੰਬਰਦਾਰ ਸਰਕਾਰ ਦਾ ਅੰਗ ਹੈ, ਚੌਕੀਦਾਰ ਸਰਕਾਰ ਦਾ ਟਿਕਾਣਾ ਹੈ। ਤੁਹਾਡੇ ਪੁਰਾਣੇ ਬੰਦਿਆਂ ਨੂੰ ਪਤਾ ਹੈ, ਪਹਿਲਾਂ ਪਿੰਡਾਂ 'ਚ ਸਪੈਰ ਪੋਸ ਹੁੰਦੇ, ਦਫੇਦਾਰ ਹੁੰਦੇ, ਚਿੱਟੇ ਕੱਪੜੇ ਪਾਏ ਹੁੰਦੇ ਉਹਨਾਂ ਨੇ, ਉਹ ਅੰਗਰੇਜ਼ੀ ਸਰਕਾਰ ਦੇ ਟਿਕਾਣੇ ਸੀ। ਹੁਣ ਜੇ ਪਿੰਡ ਦੇ ਵਿੱਚੋਂ ਮੇਰੇ ਬਾਰੇ ਪਤਾ ਕਰਨਾ ਹੋਵੇ ਪੁਲਿਸ ਨੇ, ਵੀ ਜਗਿੰਦਰ ਗ੍ਰਾਹਾਂ ਬਾਰੇ ਪਤਾ ਕਰੋ, ਬਲਾ ਇਹਦੇ ਕੁੜੀਆਂ ਕਹਿ ਨੇ ਕਿੱਥੇ ਕਿੱਥੇ ਰਹਿੰਦੇ ਨੇ, ਰਿਸ਼ਤੇਦਾਰੀਆਂ ਕਿੱਥੇ ਨੇ, ਸਭ ਤੋਂ ਪਹਿਲਾਂ ਪੁਲਿਸ ਦਾ ਸਫਾਈ ਕਿਹਦੇ ਘਰੇ ਜਾਊਗਾ ਬਾਈ? ਸਰਪੰਚ ਦੇ। ਸਰਪੰਚ ਇਹ ਨਹੀਂ ਕਹਿ ਸਕਦਾ ਵੀ ਤੂੰ ਮੇਰੇ ਕੋਲ ਕਿਉਂ ਆਵਿਆ, ਜੇ ਸਰਪੰਚ ਨਹੀਂ ਫਿਰ ਮੈਂਬਰ ਦੇ ਜਾਊ, ਜੇ ਮੈਂਬਰ ਨਹੀਂ ਫਿਰ ਨੰਬਰਦਾਰ ਦੇ ਜਾਊ। ਜਾਣੀ ਪੁਲਿਸ ਦੇ ਟਿਕਾਣੇ ਬਣ ਗਏ ਨਾ, ਜੇ ਦੋਨਾਂ ਚੋਂ ਨਹੀਂ ਕੋਈ ਫਿਰ ਚੌਕੀਦਾਰ ਦੇ ਵੀ ਜਾਊ, ਜਾਣੀ ਇਹ ਅੱਡੇ ਬਣ ਗਏ ਨੇ ਸਰਕਾਰ। ਸਰਕਾਰ ਦੇ ਅੱਡਿਆਂ ਤੋਂ ਉਹਨੇ ਸਰਪੰਚ ਤੋਂ ਪੁੱਛਣਾ ਬਾਈ ਇਹਦੇ ਦੱਸੀ ਇਹਦੇ ਟਿਕਾਣੇ ਕਿੱਥੇ ਕਿੱਥੇ ਨੀ ਜਾਂਦਾ, ਕਿੱਥੇ 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 ਰਹਿੰਦਾ ਪਿੰਡ, ਜਿਹਦੇ ਨਾਲ ਕਿੰਨੇ ਕੁ ਬੰਦੇ, ਕਿਹਦੇ ਕੋਲ ਜਾਇਦਾਦ ਕਿੰਨੀ ਕੁ ਹੈ। ਜਿਹੜੀ ਮੇਰੇ ਮੈਂ ਮੋਟੀ ਜਾਣਕਾਰੀ ਤੁਹਾਡੇ ਕੋਲ ਹੋ ਰਹੀ, ਸਰਪੰਚ ਨੂੰ ਦੇਣੀ ਪਊਗੀ, ਜੇ ਸੱਚਾ ਵੀ ਹੋਵੇ ਸਰਪੰਚ ਉਸ ਨਾਲ ਕੁਝ ਕਹਿ ਕੇ ਮੋੜਨਾ ਪਊਗਾ। ਜਿਹਨੇ ਮੇਰਾ ਕਹਿਣਾ ਇਹ ਨਹੀਂ ਵੀ ਜੇ ਸਰਪੰਚ ਬਣ ਗਿਆ ਸੱਚੀ ਉਹ ਸਰਕਾਰ ਦਾ ਮੁੰਡਾ ਬਣ ਗਿਆ, ਇਹ ਗੱਲ ਹੈ। ਜੇ ਸਰਕਾਰ ਤੋਂ ਉਹਦੇ ਕੰਮ ਲੈਣਾ ਤਾਂ ਉਹਨੂੰ ਸਰਕਾਰ ਮੁਤਾਬਕ ਚੱਲਣਾ ਪਊ। ਹੁਣ ਮੈਂ ਇੱਕ ਉਦਾਹਰਨ ਦੇਵਾਂ, ਇੱਥੇ ਧੂਰੀ ਵਾਲੇ ਬੰਦੇ ਬੈਠੇ ਹੋਣੇ ਹੈ, ਬਾਦਸ਼ਾਹਪੁਰ ਤੋਂ ਇੱਕ ਸਾਡੇ ਨਾਲ ਕੰਮ ਕਰਦਾ ਹੁੰਦਾ, ਬਹੁਤ ਵਧੀਆ ਬੰਦਾ ਸੀ ਸਾਬਕਾ ਪੁਲਿਸ, ਮੇਰੇ ਸ਼ਬਦ ਨਾਮ ਹੀ ਉਹਦਾ ਬਚਿੱਤਰ ਸਿੰਘ ਸੀ, ਪਤਾ ਨਹੀਂ, ਉਹ ਬਹੁਤ ਵਧੀਆ ਬੰਦਾ ਸੀ, ਜਥੇਬੰਦੀ ਚ ਬੜੀ ਉਹਦੀ ਇੱਜ਼ਤ ਸੀ। ਪੰਚਾਇਤੀ ਚੋਣਾਂ ਆਈਆਂ, ਮੈਨੂੰ ਕਹਿੰਦਾ ਵੀ ਪੜ੍ਹਾ ਜਾ, ਮੈਂ ਪਿੰਡ ਮੈਨੂੰ ਸਰਪੰਚ ਬਣਾਉਣ ਨੂੰ ਕਹਿੰਦਾ, ਮੈਂ ਕਿਹਾ ਬਚਿੱਤਰ ਸਿੰਘ ਬਣ ਜਾ, ਪਰ ਤੇਰੀ ਉਮਰ ਵੱਧ ਤੋਂ ਵੱਧ 1 ਸਾਲ ਦੀ ਆ ਹੁਣ, ਇਹਦੂ ਬਾਅਦ ਜੇ ਤੂੰ ਹੁਣ 51 ਦਾ ਹੋ ਗਿਆ 52 ਸਾਲ ਤੱਕ ਤੂੰ ਸਮਝ ਲੈ ਅਗਲੀ ਉਮਰ ਭੁਗਤ, ਜਿਹੜੀ 52 ਤੋਂ ਅਗਲੀ ਹੋਊਗੀ ਉਹ ਤੇਰੀ ਐਸ ਉਮਰ ਵਰਗੀ ਨਹੀਂ ਜਿਹੜੀ ਸਾਡੇ ਨਾਲ ਕੱਟਣੀ। ਪਤਾ ਮੈਂ ਪਾਂਡਾ ਸੀ, ਮੈਂ ਪੰਡਿਤ ਸੀ ਵੀ, ਮੈਂ ਲਕੀਰਾਂ ਦੇਖ ਕੇ ਦੱਸਤਾ ਉਹਨੂੰ, ਹੋਇਆ ਕਿ ਸਰਪੰਚ ਬਣ ਗਿਆ, ਗੁਆਂਢੀਆਂ ਦੇ ਮੁੰਡੇ ਦਾ ਢੋਲ ਚੜਿਆ ਹੋਇਆ ਫੜ ਭੱਜ ਕੇ ਸਰਪੰਚ ਕੋਲੇ ਹੈ, ਪੁਲਿਸ ਆਈ ਹੈ, ਚਲੇ ਜੀ ਸਰਪੰਚ ਸਾਹਿਬ। ਹੁਣ ਦਾਰੂ ਵਾਲੇ ਬੰਦੇ ਨੂੰ ਮੈਂ ਛਡਾਉਣਾ ਨਹੀਂ ਕਿਉਂਕਿ ਮੈਂ ਇਮਾਨਦਾਰ, ਪੁਲਿਸ ਨੂੰ ਪੈਸੇ ਮੈਂ ਦੇਣੇ ਨਹੀਂ ਕਿਉਂਕਿ ਮੈਂ ਇਮਾਨਦਾਰ। ਇਹ ਕਹਿ ਨਹੀਂ ਸਕਦੇ ਵੀ ਦਾਰੂ ਤੇਰੇ ਸਾਹਮਣੇ ਪਈ ਆ 100 ਰੁਪਏ, ਹਾਂਜੀ ਆਹ ਬੋਤਲਾਂ ਪਈਆਂ ਨੇ, ਹਾਂਜੀ ਮੁਰਜਮ ਮੰਡ, ਹਾਂਜੀ ਬਣ, ਫਿਰ ਲੈ ਕੇ ਕਿਵੇਂ ਨਾ ਗਏ ਜੀ, ਵੀ ਮੈਂ ਤਾਂ ਇਹ 'ਚ ਦਾਖਲ ਨਹੀਂ ਦੇ ਸਕਦਾ, ਇਸ ਕਰਕੇ ਬੰਤਾ ਸਾਹਿਬ ਤੂੰ ਸਮਝ ਜਿਵੇਂ ਮਰਜ਼ੀ ਕੰਮ। ਮੁੜ ਗਿਆ ਨਾ ਬਾਈ ਬਚਿੱਤਰ, ਬਚਿੱਤਰ ਜੀ ਦਾ ਮੈਂ ਉਦਾਹਰਨ ਦਿੰਦਾ ਤੁਹਾਨੂੰ, ਫਿਰ ਜਾਂਦਾ ਸਾਬਕਾ ਸਰਪੰਚ ਕੋਲੇ, ਉਹ ਕਹਿੰਦਾ ਗੱਲ ਹੀ ਕੋਈ ਨੀ, ਥਾਣੇਦਾਰ ਕਿਹੜਾ ਮੁਖਤਿਆਰ ਸਿੰਘ, ਚੱਲ ਕਹਿੰਦਾ 1 ਮਿੰਟ ਚ ਛੱਡਦਾ। ਉਹ ਆਉਂਦਾ ਲਾਣੇਦਾਰਾ ਕੁਝ ਪੈਸੇ ਪਏ ਨੇ, ਹਾਂ 20,000 ਰੁਪਇਆ ਪਏ, 20,000 ਰੁਪਇਆ ਫੜਦਾ, 10 ਥਾਣੇਦਾਰ ਦੀ ਜੇਬ ਚ ਪਾਉਂਦਾ ਬੋਝ ਕੇ, 10 ਆਪਦੀ ਜੇਬ ਚ ਪਾਉਂਦਾ ਬੋਝ ਕੇ, ਢੋਲ ਨੀਰੇ ਵਾਲੇ ਧਰਦੇ, ਦਾਰੂ ਸਭਾ ਚ ਧਰਦੇ, ਪੁਲਿਸ ਮੁੜ ਗਈ। ਗਾਲਾਂ ਕਿਹਨੂੰ ਮਿਲ ਗਈਆਂ, ਸ਼ਾਬਾਸ਼ ਕਿਹਨੂੰ ਮਿਲ ਗਈ, ਹੁਣ ਇਹ ਹਿਸਾਬ ਤੁਸੀਂ ਦਾ
ਆਈ ਹੈ ਨਾ ਬਾਈ, ਆਈ ਹੁੰਦਾ ਨਾ। ਜਿਹੜੇ ਮਹੀਨੇ ਬਾਅਦ ਉਸੇ ਸਰਪੰਚ ਨੂੰ ਐ ਕਹਿਣ ਲੱਗ ਗਏ ਵੀ ਮਿੱਟੀ ਦਾ ਸਰਪੰਚ ਬਣ ਗਿਆ, ਬੋਲ ਹੀ ਨੀ ਸਕਦਾ ਪੁਲਿਸ। ਜਦੋਂ ਠਾਣੇ ਜਾਂਦਾ ਨਾ ਇਹਨੂੰ ਸਿਪਾਹੀ ਸਤਿ ਸ੍ਰੀ ਅਕਾਲ ਬੁਲਾਵੇ, ਨਾ ਹੌਲਦਾਰ, ਨਾ ਇਹਨੂੰ ਕੋਈ ਕੁਰਸੀ ਛੱਡੇ, ਨਾ ਕੋਈ ਜਾ ਪਿਆ। ਐ ਬਣੂਗੀ ਬਾਈ, ਮੈਨੂੰ ਚੋਣ ਮੁੱਖ ਮੰਤਰੀ ਬਣਾਓਗੇ ਜੀ, ਐ ਬਣੂਗੀ। ਮੈਨੂੰ MLA ਬਣਾ ਦੋ, ਐਂ ਬਣੂ। ਇਹਦਾ ਮਤਲਬ ਇਹ ਵੀ ਸੱਚੇ ਬੰਦੇ ਇਸ ਦੁਨੀਆ ਦੇ ਵਿੱਚ, ਇਸ ਸਿਸਟਮ ਦੇ ਵਿੱਚ, ਇਸ ਪ੍ਰਬੰਧ ਦੇ ਵਿੱਚ ਜਗ੍ਹਾ ਨਹੀਂ ਹੈ। ਤੇ ਜੇ ਸੱਚੇ ਬੰਦੇ ਦੀ ਮਾੜੀ ਮੋਟੀ ਜਗ੍ਹਾ ਹੈ ਤਾਂ ਇਸ ਪੰਡਾਲ ਦੇ ਵਿੱਚ ਹੈ। ਇੱਥੇ ਤਾਂ ਸਕੂਨ ਮਿਲਦਾ। ਤੁਸੀਂ ਜੇ ਮੂੰਹੋਂ ਬਾਈ ਕਹਿ ਕੇ ਵੀ ਸ਼ਬਦ ਬੋਲ ਦਿੰਦੇ ਹੋ, ਜੇ ਅੰਕਲ ਕਹਿ ਕੇ ਵੀ ਸ਼ਬਦ ਬੋਲ ਦਿੰਦੇ ਹੋ, ਉਹਦੇ ਵਿੱਚ ਕਿੰਨਾ ਸਕੂਨ ਹੈ, ਕਿੰਨਾ ਪਿਆਰ ਹੈ, ਕਿੰਨੀ ਸੰਤੁਸ਼ਟੀ ਮਿਲਦੀ ਹੈ ਸਾਨੂੰ। ਕਿਉਂਕਿ ਉਹ ਤੁਸੀਂ ਢਿੱਡੋਂ ਬੋਲਦੇ ਹੋ, ਕਿਸੇ ਗਰਜ ਨਾਲ। ਉੱਥੇ ਦੀਆਂ ਗਾਲਾਂ, ਉੱਥੇ ਦੀਆਂ ਲਾਹਨਤਾਂ, ਨਾਲੇ ਪੈਂਤੜੇ ਦੇ ਸਹੀ ਤੇ ਨਾਲੇ ਬੇਹੱਦ ਗਾਲ, ਨਾਲੇ ਕਮਾਊ ਪੁੱਤ ਤੇ ਨਾਲੇ ਉਹ ਪਰਿਵਾਰ ਤੇ ਸਾਨ ਛੱਡਿਆ ਕਿ ਵੋਟਾਂ ਬਾਈ ਸਰਪੰਚ ਅਗਲੀ ਸਾਹਿਬ ਸਾਰੀਆਂ ਦਿਨ ਨੂੰ ਨਸ਼ਾ ਸਾਰੀ ਦਾ ਤਾਂ ਗੱਲ ਜਿਹੜਾ ਜੀ ਤੇਰੇ ਗੁਣ ਨੀ ਭੁੱਲਣੇ। ਆਹ ਸਾਡਾ ਸਿਸਟਮ ਹੈ। ਹੁਣ ਅਸੀਂ ਤੁਹਾਨੂੰ ਇਹ ਸਿਸਟਮ ਤੋਂ ਦੂਰ ਕਹਿਣ ਵਾਸਤੇ ਰਹਿਣ ਵਾਸਤੇ ਤੁਹਾਨੂੰ ਹੁਣ ਐਂ ਲੱਗਦਾ ਵੀ ਸਾਡੀ ਫਿਰ ਪੁੱਗੂ ਵੀ ਕਿਵੇਂ, ਸਾਡੀ ਕੋਈ ਮਦਦ ਹੀ ਨਹੀਂ ਕਿਸੇ ਨੇ ਕਰਨੀ, ਬਾਈ ਸਾਡੀ ਫਿਰ ਕੌਣ ਸੁਣੂਗਾ। ਇੱਥੇ ਰੌਲਾ ਵੀ ਸਾਡੀ ਤਾਂ ਕਿਸੇ ਨੇ ਸੁਣਨੀ ਹੈ। ਸਾਨੂੰ ਤਾਂ ਆ ਕੇ ਕਦੇ ਪਟਵਾਰੀ ਨੇ ਨੰਬਰ ਨਹੀਂ ਦੇਣਾ, ਬਿਜਲੀ ਵਾਲੇ ਨੇ ਸਾਡੀ ਗੱਲ ਨਹੀਂ ਸੁਣਨੀ, ਪੁਲਿਸ ਨੇ ਸਾਡੀ ਗੱਲ ਨਹੀਂ ਸੁਣਨੀ, ਸਾਡੇ ਤਾਂ ਕਿਸੇ ਮਾੜੀ ਜਿਹੀ ਗੱਲ ਹੁੰਦੀ ਹੈ। ਚਲੋ ਸਰਪੰਚ ਕੋਲੇ, ਜਦੋਂ ਹੁਣ ਸਰਪੰਚ ਦੇ ਅਸੀਂ ਮਦਦ ਹੀ ਨਹੀਂ ਕਰੀ, ਸਰਪੰਚ ਸਾਡੀ ਮਦਦ ਕਿਉਂ ਕਰੂਗਾ। ਯਾਨੀ ਇੱਥੇ ਇੱਕ ਸਵਾਲ ਖੜਾ ਹੁੰਦਾ ਨਾ ਬਾਈ, ਫਿਰ ਨਾਲ ਹੀ ਵੀ ਸਵਾਲ ਖੜਾ ਹੁੰਦਾ, ਸਰਪੰਚ ਬਣਾਇਆ ਕਿਹਨੇ? ਛੋਟੀਆਂ ਵੋਟਾਂ ਤੁਸੀਂ ਇੱਕ ਦਿਨ ਵਾਸਤੇ ਇੱਕ ਦਿਨ ਪਰਚੀ ਦੇ ਦਿਓ, ਉਹਦੇ ਨਾਲ ਉਹ ਸਰਪੰਚ ਬਣ ਗਿਆ। ਜ਼ਿਆਦਾ ਵੋਟਾਂ ਬਣ ਗਈਆਂ, ਦੂਜੇ ਨੂੰ MLA ਬਣਾਤਾ, ਤੀਜੇ ਨੂੰ MP ਬਣਾਤਾ, ਫਿਰ ਉਹ ਮੁੱਖ ਮੰਤਰੀ ਬਣ ਗਿਆ। ਤੁਹਾਡੀ ਪਾਵਰ ਨੇ ਮੋਦੀ ਬਣਾਤਾ, ਤੁਹਾਡੀ ਪਰਚੀ ਨੇ ਅਮਰਿੰਦਰ ਬਣਾਤਾ, ਤੁਹਾਡੀ ਪਰਚੀ ਨੇ ਮਲੂਕਾ ਬਣਾਤਾ, ਤੁਹਾਡੀ ਪਰਚੀ ਨੇ ਢੇਂਗ ਕਰਤਾ, ਤੁਹਾਡੀ ਪਰਚੀ ਨੇ ਸਰਪੰਚ। ਹੁਣ ਇਹ ਪਰਚੀ ਨੂੰ ਫੇਟਾ ਕੀ ਪੈ ਗਿਆ ਵੀ ਇਹ ਤੁਹਾਡੇ ਆਪਦੇ ਘਰੇ ਕੰਮ ਨਹੀਂ ਆਈ ਬਾਈ, ਇਹਨੂੰ ਕੀ ਬਿਮਾਰੀ ਪੈ ਗਈ ਵੀ ਜਦੋਂ ਤਾਂ ਇਹ ਪਰਚੀ ਕਿਸੇ ਹੋਰ ਨੂੰ ਦੇ ਦਿੰਦੇ ਹੋ ਉਦੋਂ ਤਾਂ ਇਹ ਕੰਮ ਦਿੰਦੀ ਹੈ। ਜੇ ਇਹ ਪਰਚੀ ਆਪਦੇ ਵਾਸਤੇ ਵਰਤਣੀ ਹੋਵੇ ਫਿਰ ਉੱਥੇ ਫੇਰ ਕੱਢ ਹੋ ਜਾਂਦੇ ਬਾਈ ਇਹ ਪਰਚੀ। ਹੁਣ ਇਹ ਪਰਚੀ ਨੂੰ ਆਪਦੇ ਵਾਸਤੇ ਵਰਤ ਕੇ ਕਰ ਲੋ ਸਲਾਹ ਵੀ ਲੈ ਮਿੱਤਰ ਆਹ ਫੜ ਤੇਰੀ ਪਰਚੀ, ਆਹ ਪਾ ਦੀ ਤੈਨੂੰ, ਤੇਰੇ ਤੋਂ ਸਾਨੂੰ ਕੋਈ ਆਸ ਨਹੀਂ, ਆਪਦੇ ਕੰਮ ਨੂੰ ਆਪ ਕਰ। ਆਪਾਂ ਇੱਕ ਪੱਤੀ ਚ ਇੱਕ ਦੁਆਰ ਚ ਇਕੱਠੇ ਹੋ ਗਏ 20 ਬੰਦੇ, ਆਪਾਂ ਜਥੇ ਬੰਦੇ ਹੋ ਕੇ ਫੈਸਲਾ ਕਰ ਲਿਆ ਵੀ ਬਾਈ ਗੱਲ ਸੁਣੋ, ਆਪਾਂ ਲੜੀਏ ਭਿੜੀਏ ਜਿਵੇਂ ਮਰਜ਼ੀ ਲਈਏ, ਆਪਣੇ ਜੇ ਪੁਲਿਸ ਵਾਲੀ, ਜੇ ਬਿਜਲੀ ਵਾਲਾ, ਜੇ ਬੈਂਕ ਵਾਲਾ ਤੰਗ ਕਰੂਗਾ ਘੜੀਸ ਕੇ ਬੰਨ ਲਓ, ਘੇਰ ਲਓ, ਘੇਰ ਕੇ ਬਜਾ ਆਪਾਂ ਜਥੇ ਬੰਦ ਪੁੱਛਾਂਗੇ ਵੀ ਕਿਵੇਂ ਆਏ, ਕਰ ਲਿਓ ਫੈਸਲਾ। ਕਿਸੇ ਜਥੇਬੰਦੀ ਚ ਅਜੇ ਗਏ ਨੀ ਤੁਸੀਂ, ਅਜੇ ਐਂ ਫੈਸਲਾ ਕੀਤਾ ਵੀ ਆਪਾਂ ਇਕੱਠੇ ਹੋਣਾ, ਗਰੰਟੀ ਕਰਦੇ ਹਾਂ ਬਾਈ, ਪੁੱਛ ਕੇ ਬੜਿਆ ਕਰੂਗਾ ਤੁਹਾਡੇ ਅਧਿਕਾਰੀ ਪੁੱਛ। ਸਰਪੰਚ ਦਾ ਭੈ ਨੀ ਮੰਨਣਾ, ਤੁਹਾਡਾ ਭੈ ਮੰਨਣਾ।
जे तुसी पंजाब पदरी जिले पदरी ब्लाक पदरी जथे बंदा हिस्सा बन गए फिर ढोल बलाजा दी पर्ची नहीं कटनी भाई ढोल भी नहीं जाने मीटर भी नहीं बाहर निकलते फिर तुम ऐ पुछणगे भाई जथेबंदी केड़ी है तेनू ना भी बुलाएंगे ये काम कदों च कर संगरूर दे विच एक सिहार पिंड है उत्थों मैनू फोन आया भी प्रधान जी मैं आपदे दो किलियां चों मिट्टी चक के आपदे तीन किले नीवें छड़ती माइनस वाले महकमे ने मैंने नोट्स भेजता मैं उसकी प्रभारी हूँ उन्होंने मैनू जुर्माना ला के लख पता नहीं सवा लख रुपये की पर्ची भेजी भी जा तू जुर्माना भर जा ते नहीं तेरी गुरती हो मैं क्या भाई जथेबंदी च गया कदे कहना हेठले किसी प्रधान नूं जाणदा ब्लाक वाले नूं जिले वाले नूं कहना ना फिर मगा भाई मैं तां दिल्ली बैठा जुर्माना भर नूं हट सकदा कहना हट दूंगा जेल कट सकदा कहना जी जेल तां नहीं कट्टी जांदी भाई जे सरकार नाल टक्कर लैणी है फिर किरा तां पैणा कहना पऊगी जिहड़ा कुछ मर्जी कर लो भाई मैं तां भरदा नहीं फिर जेड़े कुछ मर्जी तां पुलिस है थाणा है जेड़ बंद करना यही करना जिहड़ी सोडी मिट्टी सोडे वाहन चो चक्की है आपदे ट्रैक्टर नाल चक्की है आपदे वाहन च पाई है जुर्माना लाउण वाली सरकार कौन हुंदी है भाई इस बात नहीं पूछ सकते ये जवाब नहीं मांग सकते मेरी बोर टूट गया मेरा झोना सुकदा है जे दूजा बोर लाउणा इन्हां दा सरकार दा कानून कहिंदा कि डीसी तों पहले आंदा आ संदूर ते बरनाले वाले सुण लो छोटे चार दोनों जिहड़ा ते जे दूजा बोर लाउणा डीसी नूं पुछो जदों साडी जथेबंदी नाल जुड़िया होया बंदा सानूं फोन करके पुछदा प्रधान जी बोर फड़ गया असीं कहिंदे वी हुणी ला दे जदों तुसीं जथेबंदी नाल जुड़े होए हो फिर डीसी दा भाई थोड़े बार नाल बैठा उह तों पुछ लो बोर लग गया झोने नूं पाणी लग गया बाद चक लिया अपने वाहन के पास दर्द है किसी की पुछ लगी कैसी कर बैंक का कर्जा देना देवे मुकरदे नहीं दिता नहीं गया कमजोरी है बेबसी है झाड़ कट निकलिया पैसा बनया जमीन गहने पैया थोड़े च कोई गिरफ्तार करके आके बैंक की बारी नाल बाहां बन के सड़क ते खड़ा के जलील कर दे लड़कदी नहीं गल बई ये कल्ले किसानां नूं मजदूरां नूं क्यों बई काटे बेले दियां तां छड्डो संगरूर दे विच इक जिप्सम दा कारखाना खुलिया संगरूर तो सुनाम वाली सड़क के उत्ते जिप्सम का कारखाना एक खुलिया फोकल पॉइंट 2 करोड़ रुपया कर्जा ले लिया बिल्डिंग साथ ही मिट्टी दिया बोरिया भर के बिच ला दिया जिंदा ला के फरार हो गया 32 लाख की कोठी के मूहे किसी ने जिंदा नहीं लाया किसी रिश्तेदार को गिरफ्तार नहीं किया ਉਹ ਮਿੱਟੀ ਦੀ ਭਰੀ ਜਿਹੜੀ ਫੈਕਟਰੀ ਹੈ ਉਹ ਤੇ ਬੋਰਡ ਲਾ ਕੇ ਲਾਏ ਜਿੰਦਾ ਲਾ ਕੇ ਸੀਲ ਕਰਿਆ ਵੀ ਇਹ ਸਰਕਾਰ ਨੇ ਜਮ ਦਿੱਤਾ
ਸਾਡੇ ਵਾਸਤੇ ਕਾਨੂੰਨ ਇਹ ਹੈ ਕਿ ਜਾ ਕੇ ਫੜੋ, ਖਿੱਚ ਕੇ ਗੱਡੀ 'ਚ ਬਿਠਾ ਕੇ ਆਓ, ਸ਼ਾਮ ਤੱਕ ਤੁਹਾਨੂੰ ਸੜਕ ਤੇ ਬਾਰੀ ਨਾਲ ਬੰਨ ਕੇ ਰੱਖੋ। ਜੇ ਕੋਈ ਰਿਸ਼ਤੇਦਾਰ ਸ਼ਲੋਰ ਨਹੀਂ ਆਉਂਦਾ 40 ਦਿਨਾਂ ਵਾਸਤੇ ਜੇਲ੍ਹ ਪੈ। ਐਂ ਹੁੰਦਾ ਰਹੇ ਨਾ ਬਾਈ, ਪਹਿਲਾਂ ਬਰਨਾਲੇ ਲੈਂਡਮਾਰਕ ਬੈਂਕ ਬਾਜ਼ਾਰ ਦੇ ਵਿਚਾਲੇ ਹੈ, ਬੈਠੇ ਹੋ ਗਏ ਬਰਨਾਲੇ ਵਾਲੇ। ਇੱਕ ਬੰਦਾ ਉੱਥੇ ਬੰਨਿਆ, ਇੱਕ ਵਾਰ ਬੰਦਾ ਬੰਨਿਆ ਸੁਨਾਮ ਬੈਂਕ ਸੜਕ ਦੇ ਉੱਤੇ ਹੈ, ਰੇਲ ਲਾਈਨ ਦੇ ਨਾਲ ਹੈ, ਬੱਸ ਅੱਡੇ ਦੇ ਕੋਲ ਹੈ। ਇੱਕ ਵਾਰੀ ਬੰਦਾ ਉੱਥੇ ਬੰਨਿਆ, ਬੰਦੇ ਫੜ ਲਏ, 6 ਬੰਦਿਆਂ ਨੂੰ ਫੜ ਕੇ ਜੇਲ੍ਹ 'ਚ ਗਏ। ਜਥੇਬੰਦੀ ਬਣੀ ਥੋੜ੍ਹੀ ਜਿਹੀ ਸੁਸਕਲੀ ਸੁਸਕਲੀ ਸਾਹ ਲੈਂਦੀ ਲੈਂਦੀ ਆਪਣੀ, ਐਡਾ ਕੱਦ ਸੀ ਉਹਨੂੰ। ਇਕੱਠੇ ਹੋਏ ਬੈਂਕ ਘੇਰ ਲਿਆ, ਕੋਈ ਗੱਲ ਨਹੀਂ ਬਣੀ। ਰਾਤ ਲੰਘ ਗਈ, ਮੈਨੇਜਰ ਘੇਰ ਲਿਆ, ਨਿਕਲ ਗਿਆ, ਕੋਈ ਗੱਲ ਨਹੀਂ। ਅਗਲੇ ਦਿਨ ਨਾਲ ਲੱਗਦੀ ਰੇਲ ਦੀ ਲੈਣ ਕੇ 6 ਵੱਜਦੇ ਨੂੰ ਸਰਦੀਆਂ 'ਚ ਸਾਰੇ ਦੇ ਸਾਰੇ ਬੰਦੇ ਰਿਹਾ ਕਰਕੇ ਰੇਲ ਦੀ ਲੈਣ 'ਚ ਜਾਣ। ਨਾ MLA ਦਾ ਫੋਨ, ਨਾ ਕਿਸੇ ਵਜ਼ੀਰ ਦਾ ਫੋਨ, ਨਾ ਕਿਸੇ ਸਰਪੰਚ ਦਾ ਫੋਨ, ਨਾ ਕਿਸੇ ਅਧਿਕਾਰੀ ਦਾ। ਤੁਹਾਡੀ ਪਰਚੀ ਨੇ ਸਾਰੇ ਕਾਨੂੰਨ ਪਾਸੇ ਕਰਕੇ ਬੰਦੇ ਘਰਾਂ ਦੇ ਬਾਹਰ। ਤੁਹਾਡੀ ਪਰਚੀ 'ਚ ਇੰਨੀ ਤਾਕਤ ਹੈ ਕਿ ਪੰਜਾਬ ਦੀਆਂ ਸਾਰੀਆਂ ਬੈਂਕਾਂ ਨੂੰ ਇਹ ਫੈਸਲਾ ਕਰਨਾ ਪੈ ਗਿਆ ਕਿ 10 ਕਿੱਲਿਆਂ ਤੋਂ ਘੱਟ ਜ਼ਮੀਨ ਦੇ ਮਾਲਕ ਨੂੰ 10 ਲੱਖ ਤੋਂ ਘੱਟ ਕਰਜ਼ੇ ਵਾਲੇ ਕਿਸੇ ਵੀ ਕਿਸਾਨ ਨੂੰ ਬੈਂਕ ਜਾ ਕੇ ਗ੍ਰਿਫਤਾਰ ਨਹੀਂ ਕਰ ਸਕਦੇ। ਇਹ ਤੁਹਾਡੀ ਪਰਚੀ ਨੇ ਫੈਸਲਾ ਕਰਵਾ ਦਿੱਤਾ। ਅਜੇ ਪਰਚੀ ਕਿੰਨੀ ਕੁ ਹੈ? ਅਜੇ ਪਰਚੀ ਦਾ ਇੱਕ ਟੁਕੜਾ ਹੀ ਹੈ, ਸਾਰੀ ਦੀ ਸਾਰੀ ਪਰਚੀ ਤਾਂ ਸਾਨੂੰ ਅਜੇ ਤੁਸੀਂ ਦਿੱਤੀ ਨਹੀਂ ਬਾਈ। ਜਿਹੜੀ ਮੋਦੀ ਨੂੰ ਦਿੱਤੀ ਹੈ, ਜਿੱਦਾਂ ਇਹ ਸਾਰੀ ਫੜਾ ਦਿੱਤੀ ਸਾਨੂੰ ਤੁਸੀਂ, ਉਹਦੇ ਕਿਸੇ ਵੀ ਕਿਸਾਨ ਨੂੰ ਕੁਰਕੀ ਦਾ ਤਾਂ ਸਵਾਲ ਹੀ ਨਹੀਂ। ਕਿਸੇ ਵੀ ਕਿਸਾਨ ਦੇ ਸਿਰ ਕਰਜ਼ਾ ਹੋਊਗਾ ਹੀ ਨਹੀਂ। ਲੋਕ ਏਕਤਾ ਜਿੰਦਾਬਾਦ! ਇਹ ਤੁਹਾਡੀ ਪਰਚੀ ਦੀ ਤਾਕਤ ਹੈ। ਇਹ ਮੈਂ ਨਹੀਂ ਕਹਿੰਦਾ, ਆਪਦੇ ਆਪਣੇ ਗੁਰੂਆਂ ਨੇ ਵੀ ਇਹੀ ਗੱਲ ਕਹੀ ਕਿ ਸੰਗਤ ਤੋਂ ਵੱਡਾ ਕੋਈ ਨਹੀਂ ਹੁੰਦਾ। ਜਿਹੜੇ ਆਪਣੇ ਆਪ ਨੂੰ ਸੰਗਤ ਤੋਂ ਵੱਡਾ ਪਾਉਂਦੇ ਨੇ ਉਹ ਮੂਧੇ ਨੂੰ ਡਿੱਗਦੇ ਨੇ। ਸੰਗਤ ਤੋਂ ਵੱਡੀ ਕੋਈ ਅਦਾਲਤ ਵੀ ਨਹੀਂ ਹੁੰਦੀ। ਜਿਹੜੇ ਸੰਗਤ ਤੇ ਭਰੋਸਾ ਕਰਦੇ ਨੇ ਉਹ ਕਦੇ ਹਾਰਦੇ ਨਹੀਂ। ਇਹ ਤਾਂ ਹੁਣ ਸੰਗਤ ਨੇ ਦੇਖਣਾ ਵੀ ਅਸੀਂ ਸਿਰ ਜੋੜ ਕੇ ਕਦੋਂ ਬੈਠੀਏ, ਕਿਵੇਂ ਬੈਠੀਏ। ਜਿਹੜੀਆਂ ਗੱਲਾਂ ਨੇ ਜਿਹੜੀਆਂ ਸਾਡਾ ਫਾਇਦਾ ਕਰ ਸਕਦੀਆਂ, ਕਿਹਦੇ ਜਾਲ ਤੋਂ ਨਿਕਲ ਆਈਏ, ਕਿਵੇਂ ਨਿਕਲੀਏ, ਅਵਿਆਰ ਹੋਣ ਗਈਆਂ ਗੱਲਾਂ। ਬਹੁਤ ਸਾਰੀਆਂ ਗੱਲਾਂ ਤਾਂ ਤੁਸੀਂ ਹੁਣ ਫੜ ਲਈਆਂ। ਹੁਣ ਦੇਖੋ, ਕੇਰਲਾ ਇੱਕ ਸਟੇਟ ਹੈ, ਹਿੰਦੁਸਤਾਨ ਦੇ ਵਿੱਚ ਉਹ ਸਭ ਤੋਂ ਸਿਆਣੀ ਸਟੇਟ ਮੰਨੀ ਹੈ। ਕਿਉਂ? ਕਿਉਂਕਿ ਉਹਨਾਂ ਦੇ ਬਹੁਤ ਛੇਤੀ ਗੱਲ ਸਮਝ ਆ ਜਾਂਦੀ। ਬਹੁਤ ਛੇਤੀ ਸਮਝ ਕਿਉਂ ਆਉਂਦੀ ਹੈ? ਕਿਉਂਕਿ ਉਹ ਪੜ੍ਹੇ ਲਿਖੇ ਲੋਕ ਨੇ। ਇਹ ਤਾਂ ਤੁਹਾਨੂੰ ਪਤਾ ਹੋਣਾ ਵੀ ਕੇਰਲਾ ਦੇ ਵਿੱਚ ਕੋਈ ਪਿੰਡ ਨਹੀਂ ਹੈ,
ਕੈਰਲਾ ਦੀ ਇੰਨੀ ਸੰਘਣੀ ਵਾਦੀ ਹੈ ਕਿ ਉੱਥੇ ਪਿੰਡ ਆਪਣੇ ਪਿੰਡਾਂ ਵਾਂਗੂ ਪਿੰਡ ਨਹੀਂ ਵਸੇ, ਜੁੜਨਾ ਹੀ ਹੈ ਸਾਰਾ ਪਿਆਰ। ਇੱਥੇ ਘਰ, ਇੱਥੇ ਘਰ, ਇੱਥੇ ਘਰ, ਦੋ ਘਰ ਮੈਂ ਛੱਡ ਕੇ ਇੱਥੇ ਘਰ, ਦੋ ਚਾਰ ਘਰ ਛੱਡ, ਇੱਥੇ ਗਾਹਾਂ ਮਾਰ ਕੇ, ਗਾਹਾਂ ਮਾਰ ਕੇ, ਇਸ ਤਰ੍ਹਾਂ ਉੱਥੇ ਅੱਜ ਕਹਿ ਸਕਦਾ ਵੀ 100% ਲੋਕ ਪੜ੍ਹੇ ਲਿਖੇ, ਪਰ ਉਹ ਜਗਾਕੂ ਨਹੀਂ। ਉਹ ਛੋਟੇ ਵਾਕੇ ਸਖ਼ਤ ਮਿਹਨਤ ਕਰਨ ਵਾਲੇ ਵੀ ਨਹੀਂ, ਛੋਟੇ ਵਾਕੇ ਜੁਰਮਾਨੇ ਨਹੀਂ, ਛੋਟੇ ਜਿਹੜੇ ਦਰੇਰ ਨਹੀਂ। ਉਹਨਾਂ ਨਾਲੋਂ ਬਾਕੀ ਤੁਸੀਂ ਸਾਰੀਆਂ ਗੱਲਾਂ ਚ ਅੱਗੇ ਹੋ, ਪੜ੍ਹਾਈ ਦੇ ਵਿੱਚ ਤੁਸੀਂ ਪਿੱਛੇ। ਇਹ ਪਿੱਛੇ ਆਏ ਨੀ ਵੀ ਤੁਸੀਂ ਆਪ ਰਹਿ ਗਏ ਪਿੱਛੇ, ਪਿੱਛੇ ਕੀਤੇ ਹੋਏ ਹੋਏ ਹੋ। ਜੇ ਭਲਾ ਕਾਨੂੰਨ ਐ ਕਹਿੰਦਾ ਵੀ ਪੋਸਟ ਨਾ ਬੀਜ ਲਿਓ ਸਜ਼ਾ ਹੋਜੂ, ਦਾਰੂ ਨਾ ਕੱਢ ਲਿਓ ਸਜ਼ਾ ਹੋਜੂ, ਫਿਰ ਜੇ ਕਾਨੂੰਨ ਐ ਕਹਦੇ ਵੀ ਜਿਹੜਾ ਬੱਚਾ ਅਨਪੜ੍ਹ ਪਾਇਆ ਗਿਆ ਉਹਨੂੰ ਸਜ਼ਾ ਕਰਾ, ਕਿਸੇ ਦਾ ਬੱਚਾ ਅਨਪੜ੍ਹ ਨਹੀਂ ਹੋਊਗਾ। 16 ਸਾਲ ਤੋਂ ਪਹਿਲਾਂ ਕਿਸਾ ਕੋਈ ਬੱਚੇ ਤੋਂ ਕੰਮ ਨਹੀਂ ਲੈ ਸਕਦਾ ਜੇ ਸਖ਼ਤੀ ਨਾਲ ਕਾਨੂੰਨ ਬਣ ਜੇ। ਬਈ ਇੱਧਰੋਂ ਕਾਨੂੰਨ ਬਣਾ ਦਿਓ, ਇੱਧਰੋਂ ਵਿਦਿਆ ਫ੍ਰੀ ਦੇ ਦਿਓ, ਦੋਨੇ ਗੱਲਾਂ ਦਾ ਸੁਮੇਲ ਹੋ ਗਿਆ ਨਾ ਬਈ। ਹੁਣ ਜੇ ਤੁਹਾਡੇ ਬੱਚੇ ਪੜ੍ਹ ਗਏ ਤਾਂ ਜਿਹੜੀ ਆਉਣ ਵਾਲੀ ਤੁਹਾਡੀ ਪੀੜ੍ਹੀ ਹੈ, ਜੇ 47 ਦਾ ਇਹ ਕਾਨੂੰਨ ਬਣਿਆ ਹੁੰਦਾ ਤਾਂ ਇਸ ਵੇਲੇ ਆਪਣੀ 90% ਪੀੜ੍ਹੀ ਪੜ੍ਹੀ ਲਿਖੀ ਹੁੰਦੀ ਤਾਂ ਪੰਜਾਬ ਨੂੰ ਇਹ ਕਹਿ ਸਕਦੇ ਸੀ ਪੰਜਾਬ ਦਾ 90% ਹਿੱਸਾ ਪੜ੍ਹ ਗਿਆ। ਆਉਣ ਵਾਲੇ 5-7 ਸਾਲਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਐਂ ਕਹਿ ਸਕਦਾ ਵੀ ਪੜ੍ਹਿਆ ਲਿਖਿਆ। ਜੇ ਇਹ ਪੜ੍ਹਿਆ ਲਿਖਿਆ ਪੰਜਾਬ ਐਂ ਤਾਂ ਨਹੀਂ ਵੀ ਗੀਤ ਲਿਖਣ ਵਾਸਤੇ ਪੜ੍ਹਿਆ ਲਿਖਿਆ, ਹਿਸਾਬ ਕਰਨ ਵਾਸਤੇ ਪੜ੍ਹ ਲਿਖੇ। ਇੱਥੋਂ ਡਾਕਟਰ ਵੀ ਹੋਣਗੇ, ਇੱਥੋਂ ਮਾਸਟਰ ਵੀ ਹੋਣਗੇ, ਇੱਥੋਂ ਵਕੀਲ ਵੀ ਹੋਣਗੇ, ਇੱਥੋਂ ਵਿਗਿਆਨੀ ਵੀ ਹੋਣਗੇ, ਸਾਇੰਸਦਾਨ ਵੀ ਹੋਣਗੇ। ਉਹ ਕੱਢ ਨਹੀਂ ਸਕਦੇ ਵੀ ਖਾਦ ਇਹੀ ਜਿਹੀ ਬਣਾਈਏ ਜਿਹਦੇ ਵਿੱਚ ਕੈਮੀਕਲ ਨਾ ਹੋਣ, ਬਿਜਲੀ ਇਹੀ ਜਿਹੀ ਬਣਾਈਏ ਜਿਹੜੀ 50 ਪੈਸੇ ਯੂਨਿਟ ਦੇ ਦਈਏ ਲੋਕਾਂ ਨੂੰ, ਟਰੈਕਟਰ ਇਹੋ ਜਿਹਾ ਬਣਾਈਏ ਜਿਹਨੂੰ ਤੇਲ ਦੀ ਲੋੜ ਨਾ ਹੋਵੇ, ਪਾਣੀ ਕੱਢਣ ਦਾ ਸਿਸਟਮ ਇਹੋ ਜਿਹਾ ਬਣਾਈਏ ਜਿਹਦੇ ਪੈਟਰੋਲ ਤੇਲ ਮੱਚਦੇ ਨਾ ਹੋਵੇ। ਇਹ ਸਾਇੰਸਦਾਨਾਂ ਨੇ ਬਣਾਈਆਂ ਨੇ ਨਾ ਗੱਲਾਂ ਬਾਈ। ਜੇ ਸਾਇੰਸਦਾਨ ਖੇਤੀ ਦੇ ਕੰਮ ਕਰਨ ਵਾਲੇ ਤਕਨੀਕ ਟੈਕਨੋਲੋਜੀ ਨੂੰ ਅਸੀਂ ਨਹੀਂ ਬਣਾਉਣਾ ਕਿ ਉਹ ਸਸਤੀ ਤੋਂ ਸਸਤੀ ਹੋਵੇ ਤਾਂ ਖੇਤੀ ਦੀ ਪੈਦਾਵਾਰ ਸਸਤੀ ਵੇਚ ਕੇ ਵੀ ਆਪਾਂ ਨੂੰ ਕੁਛ ਨਾ ਕੁਛ ਬਚੂਗਾ। ਆਪਾਂ ਜਦੋਂ 75 ਰੁਪਏ ਕੁਇੰਟਲ ਕਣਕ ਵੇਚਦੇ ਹੁੰਦੇ ਸੀ ਆਪਾਂ ਉਦੋਂ ਹਿਸਾਬ ਲਾਉਂਦੇ ਵੀ 35 ਰੁਪਏ ਆਪਾਂ ਨੂੰ ਫਿਰ ਕੁਇੰਟਲ ਮਗਰ ਬਚਦੇ। ਅੱਜ 2000 ਨੂੰ ਵੇਚਦੇ ਹਾਂ 1200 ਘੰਟੇ ਦੇ ਕੁਇੰਟਲ ਨੂੰ, ਕਣਕ ਜ਼ਿਆਦੇ ਨਿਕਲਦੀ ਹੈ, ਰੇਟ ਉੱਚਾ ਹੋ ਗਿਆ, ਸਾਨੂੰ ਫਾਇਦਾ ਨਹੀਂ ਹੋਇਆ, ਲਾਗਤ ਖਰਚੇ ਵੀ ਨਹੀਂ ਮਿਲੇ। ਕਣਕ 2000 ਦੀ ਹੈ, ਸਕੂਲਾਂ ਦੀ ਫੀਸ, ਵੈਨ ਦਾ ਕਿਰਾਇਆ, ਡਾਕਟਰ ਦੀ ਫੀਸ, ਬੱਸਾਂ ਦਾ ਕਿਰਾਇਆ, ਰੇਲਾਂ ਦਾ ਕਿਰਾਇਆ, ਜਿੰਨੀਆਂ ਅਸੀਂ ਵਰਤਦੇ ਹਾਂ ਚੀਜ਼ਾਂ ਸਾਰੀਆਂ ਇਸ ਕਰਕੇ ਵਧਦੀਆਂ ਬਾਈ ਕਣਕ 2000 ਨੂੰ। ਜਿਹੜੀ ਤਕਨੀਕ ਵਿੱਦਿਆ ਚੋਂ ਨਿਕਲਣੀ ਹੈ, ਤਕਨੀਕ ਨਾਲ ਸਾਨੂੰ ਖੇਤੀ ਕਰਨ ਵਾਲੇ ਸਾਨੂੰ ਸਸਤੇ ਮਿਲਣਗੇ,
ਤਕਨੀਕ ਨਾਲ ਖਸਾ ਨੂੰ ਖੇਤੀ ਦੀਆਂ ਲੋੜੀਆਂ ਵਸਤਾਂ ਸਸਤੀਆਂ ਮਿਲਣਗੀਆਂ, ਸਸਤੀਆਂ ਮਿਲਣ ਨਾਲ ਖਾਣ ਪੀਣ ਦੀਆਂ ਵਸਤਾਂ ਸਸਤੀਆਂ ਹੋਣਗੀਆਂ, ਖਾਣ ਪੀਣ ਦੀਆਂ ਵਸਤਾਂ ਸਸਤੀਆਂ ਹੋਣ ਨਾਲ ਦੁਨੀਆਂ ਦੀ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਚ ਆਇਆ ਜਾ ਸਕਦਾ। ਇੱਕ ਬਹੁਤ ਵੱਡੀ ਫਲਸਫੀ ਹੈ, ਜੇ ਖਾਣ ਪੀਣ ਦੀਆਂ ਵਸਤਾਂ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਘੱਟ ਹੋਣਗੀਆਂ, ਮਜ਼ਦੂਰਾਂ ਦੀ ਦਿਹਾੜੀ ਘੱਟ ਹੋਈ, ਮਾਰਕੀਟ ਦੇ ਵਿੱਚ ਮਾਲ ਜ਼ਿਆਦੇ ਵਿਕੂਗਾ, ਮਾਲ ਜ਼ਿਆਦੇ ਵਿਕੂਗਾ ਮਾਰਕੀਟ ਡਿਮਾਂਡ ਕਰੂਗੀ ਕਾਰਖਾਨੇ ਤੋਂ ਵੀ, ਸਾਨੂੰ ਜਿੰਨਾ ਮਾਲ ਪਹਿਲਾਂ ਦਿੱਤਾ ਸੀ ਦੁੱਗਣਾ ਦੇ ਦਿਓ। ਜੇ ਕਾਰਖਾਨੇ ਦਾ ਦੁੱਗਣਾ ਮਾਲ ਵਿਕਿਆ, ਕਾਰਖਾਨਾ ਖੇਤੀ ਨੂੰ ਕਹੂਗਾ ਵੀ ਤੂੰ ਪਹਿਲਾਂ ਮੈਨੂੰ ਬਾਈ 2.5 ਲੱਖ ਟਨ ਕਪਾਹ ਦੀਆਂ ਗੰਢਾਂ ਦਿੱਤੀਆਂ ਸੀ, ਐਤਕੀ ਮੈਨੂੰ 5 ਲੱਖ ਗੰਢਾਂ ਦੀ ਲੋੜ ਹੈ। ਜਦੋਂ ਖੇਤੀ ਤੋਂ ਕਾਰਖਾਨੇ ਨੇ 5 ਲੱਖ ਗੰਢਾਂ ਮੰਗ ਲਈਆਂ ਤਾਂ ਖੇਤੀ ਕਰਨ ਵਾਲੇ ਨੂੰ ਲੋੜ ਹੈ ਵੀ ਵੱਧ ਤੋਂ ਵੱਧ ਪੈਦਾ ਕਰਨ ਵਾਸਤੇ ਮੈਨੂੰ ਹੋਰ ਮਨੁੱਖੀ ਸ਼ਕਤੀ ਦੀ ਲੋੜ ਪਊਗੀ, ਉਹ ਬੰਦਿਆਂ ਨੂੰ ਮੰਗੂਗਾ। ਤੁਸੀਂ ਬੰਦੇ ਮੰਗੋਗੇ, ਖੇਤੀ ਦੀ ਵੱਧ ਪੈਦਾਵਾਰ ਕਰੋਗੇ, ਵੱਧ ਪੈਦਾਵਾਰ ਕਾਰਖਾਨਾ ਵੱਧ ਮੰਗੂਗਾ, ਉਹਨੂੰ ਵੱਧ ਲੇਬਰ ਲੈ ਕੇ ਆਉਣੀ ਪਊਗੀ, ਵੱਧ ਲੇਬਰ ਕੋਲ ਪੈਸੇ ਹੋਣਗੇ, ਸੋਡੇ ਵਾਲੀ ਲੇਬਰ ਕੋਲ ਪੈਸੇ, ਕਾਰਖਾਨੇ ਦੇ ਲੇਬਰ ਕੋਲ ਪੈਸੇ, ਤੇ ਉਹ ਮਾਰਕੀਟ ਦੇ ਵਿੱਚੋਂ ਮਾਲ ਮੰਗਣਗੇ, ਪਹਿਲਾਂ ਨਾਲੋਂ ਡਿਮਾਂਡ ਹੋਰ ਵਧੂ। ਮਾਰਕੀਟ ਕਾਰਖਾਨਾ ਮਾਰਕੀਟ ਕਾਰਖਾਨਾ ਕਾਰਖਾਨਾ ਖਪਤਕਾਰ, ਖਪਤਕਾਰ ਤੋਂ ਪੈਦਾਵਾਰ ਕਰਨ ਵਾਲਾ ਖੇਤੀ ਵਾਲਾ, ਇਹ ਰੂਟੀਨ ਜਦੋਂ ਬਣ ਗਈ ਇਹਦੇ ਨਾਲ ਡਿਵੈਲਪਮੈਂਟ, ਇਹਦੇ ਨਾਲ ਤਰੱਕੀ। ਕੋਈ ਇਹੋ ਜਿਹਾ ਹੱਥ ਨਾ ਹੋਵੇ ਜਿਹਦੇ ਕੋਲ ਪੈਸਾ ਨਹੀਂ, ਫਿਰ ਮਾਰਕੀਟ ਦੇ ਵਿੱਚੋਂ ਡਿਮਾਂਡ ਵਧੂਗੀ। ਆਹ ਤੁਸੀਂ ਪਿੱਛੇ ਪੜ੍ਹਿਆ ਹੋਣਾ ਵੀ ਆਰਥਿਕ ਮੰਦੀ ਆ, ਆਰਥਿਕ ਮੰਦੀ ਭਲਾ ਕਾਹਦੀ ਆਈ ਸੀ ਬਾਈ? ਆਰਥਿਕ ਮੰਦੀ ਦਾ ਮਤਲਬ ਬਾਜ਼ਾਰ ਦੇ ਵਿੱਚੋਂ ਕੋਈ ਕਾਰਾਂ ਖਰੀਦਣ ਵਾਲਾ ਨਹੀਂ, ਬਾਜ਼ਾਰ ਦੇ ਵਿੱਚੋਂ ਕੋਈ ਮੋਟਰਸਾਈਕਲ ਖਰੀਦਣ ਵਾਲਾ ਨਹੀਂ, ਬਾਜ਼ਾਰ ਦੇ ਵਿੱਚੋਂ ਕੋਈ ਕੱਪੜਾ ਖਰੀਦਣ ਵਾਲਾ ਨਹੀਂ। ਖਰੀਦਦਾਰ ਮੰਡੀ ਚ ਨਹੀਂ, ਮੰਡੀ ਚ ਫਿਰ ਕੌਣ ਜਾਊਗਾ? ਅਸੀਂ ਅਸੀਂ ਕਦੋਂ ਜਾਵਾਂਗੇ? ਜਦੋਂ ਸਾਡੇ ਕੋਲ ਪੈਸੇ ਹੋਣਗੇ। ਪੈਸੇ ਕਦੋਂ ਮਿਲਣਗੇ? ਜਦੋਂ ਸਾਡੇ ਹੱਥਾਂ ਨੂੰ ਕੰਮ ਮਿਲੇ। ਹੱਥਾਂ ਨੂੰ ਕੰਮ ਨਹੀਂ, ਸਾਡੇ ਕੋਲ ਪੈਸਾ ਨਹੀਂ, ਅਸੀਂ ਫਿਰ ਮਾਰਕੀਟ ਹੇਲਣ ਜਾਵਾਂਗੇ, ਫਿਰ ਦੁਕਾਨਾਂ ਬੰਦ ਹੋਣਗੀਆਂ। ਦੁਕਾਨਾਂ ਬੰਦ ਆ ਕੇ ਉਹ ਡੀਲਰ ਆ ਕੇ ਪੁੱਛ ਲੈ, ਕਿਸ਼ੋਰੀ ਲਾਲ ਕਿਤਨਾ ਮਾਲ ਦਈਏ ਜੀ, ਕਿੰਨਾ ਆਰਡਰ? ਉਹ ਭਾਈ ਪਹਿਲੇ ਹੀ ਨਹੀਂ ਵਿਕਿਆ। ਉਹ ਕਾਰਖਾਨੇ ਨੂੰ ਕਹੂਗਾ ਵੀ ਮਾਲ ਤਾਂ ਜੀ ਪਹਿਲੇ ਨਹੀਂ ਵਿਕਿਆ। ਉਹ ਆ ਕੇ ਲੇਬਰ ਕੱਢੂਗਾ, ਲੇਬਰ ਦੀ ਸ਼ਾਰਟੇਜ ਹੋ ਜੂ, ਕਾਰਖਾਨੇ ਦਾ ਮਾਲ ਠੱਪ ਹੋ ਗਿਆ। ਕਾਰਖਾਨੇ ਦੀ ਸਿਸਟਮੈਂਟ ਸੀ ਵੀ 2 ਅਰਬ ਦਾ ਮਾਲ ਵੇਚਣਾ, ਉਹ 1.5 ਅਰਬ ਦਾ ਮਾਲ ਵਿਕਿਆ। ਕਾਰਖਾਨਾ ਅਗਲੇ ਦਿਨ ਵਾਰੂ ਵੀ ਸਾਡੀ ਇੰਡਸਟਰੀ 1.5 ਅਰਬ ਦੇ ਵਿੱਚੋਂ 50 ਅਰਬ ਦੇ 50 ਕਰੋੜ ਦੇ ਘਾਟੇ, 50 ਕਰੋੜ ਦੇ ਘਾਟੇ ਚ ਐਟਮ ਬਗੈਰ, 50 ਕਰੋੜ ਦੇ ਘਾਟੇ ਚ ਕੱਪੜਾ ਮਿਲਣਾ, 5 ਕਰੋੜ ਦੇ ਘਾਟੇ ਚ ਮੋਟਰਸਾਈਕਲ ਮਿਲਣਾ, ਇੰਨੇ ਘਾਟੇ ਚ ਉਹ ਘਾਟੇ ਦਾ ਜਦੋਂ ਰੌਲਾ ਪੈਂਦਾ ਫਿਰ ਸਾਡੀ ਮੋਦੀ ਸਰਕਾਰ ਦੇ ਕੰਨ ਖੁੱਲਦੇ ਨੇ। ਉਹ ਘਾਟਾ ਪੂਰਾ ਕਰਨ ਦੀ ਖਾਤਰ ਮੋਦੀ ਸਰਕਾਰ ਨੇ ਆਪਣੇ ਰਿਜ਼ਰਵ ਬੈਂਕ ਦੇ ਵਿੱਚੋਂ RBI ਦੇ ਵਿੱਚੋਂ 2.25 ਲੱਖ ਕਰੋੜ ਰੁਪਇਆ ਉਹ ਐਮਰਜੈਂਸੀ ਕੋਟੇ ਚੋਂ ਕਢਾ ਲਿਆ, ਜਿਹੜਾ ਇਹਨਾਂ ਹਾਲਤਾਂ ਚ ਹੁਣ ਦੀਆਂ ਹਾਲਤਾਂ ਚ ਵਰਤਣਾ ਸੀ ਆਪਾਂ ਪਾਉਣੀ ਐਮਰਜੈਂਸੀ ਹਾਲਤ ਕਹਿੰਦੇ ਹਨ, ਐਮਰਜੈਂਸੀ ਹਾਲਤ, ਜੰਗ ਦੀ ਹਾਲਤ, ਸੋਕੇ ਦੀ ਹਾਲਤ, ਤੋੜ ਦੀ ਹਾਲਤ ਜਾਂ ਬਿਮਾਰੀ ਦੀ ਹਾਲਤ। ਉਹ 2.25 ਲੱਖ ਰੁਪਇਆ ਜਦੋਂ ਹੁਣ ਬੰਦੇ ਮਰ ਰਿਹਾ, 40 ਲਾਸ਼ਾਂ ਨਿਕਲੀਆਂ ਨੇ ਕੰਧੇ ਨਾਲੇ ਚੋਂ ਕੱਲ, ਕਰੋਨਾ ਦੀਆਂ ਸਿੱਟੀਆਂ ਹੋਈਆਂ ਤੇ ਫੂਕਣ ਨੂੰ ਪੈਸੇ ਨਹੀਂ। ਉਹ ਜਿਹੜਾ ਪੈਸਾ 2.25 ਲੱਖ ਰੁਪਇਆ ਹੁਣ ਕਢਾਉਣਾ ਸੀ, ਉਹ ਜਦੋਂ ਮੋਦੀ ਸਾਹਿਬ ਨੇ ਕਿਸੇ ਆਰਥਿਕ ਮਾਹਰ ਨੂੰ ਪੁੱਛਿਆ ਵੀ ਆਰਥਿਕ ਮੰਦੀ ਹੈ ਇਹ ਪੈਸਾ ਕਿੰਨਾ ਚ ਵੰਡੀਏ, ਤਾਂ ਮੋਦੀ ਸਾਹਿਬ ਨੂੰ ਆਰਥਿਕ ਮਾਹਰ ਕਹਿੰਦਾ ਇਹ ਪੈਸਾ ਕਿਸਾਨਾਂ ਤੇ ਮਜ਼ਦੂਰਾਂ ਚ ਵੰਡ ਦਿਓ,
ਜੇ ਉਹਨਾਂ ਕੋਲੇ ਪੈਸਾ ਹੋਊਗਾ ਤਾਂ ਮਾਰਕੀਟ ਦੀ ਮੰਦੀ ਖਤਮ ਹੋ ਜਾਊਗੀ। ਪਰ ਉਹਦੇ ਗੱਲ ਨਹੀਂ ਸਮਝ ਆਈ। ਉਹ ਪੈਸਾ ਪੌਣੇ 2,00,000 ਕਰੋੜ ਰੁਪਈਆ ਬੈਂਕਾਂ ਨੂੰ, ਸਨਅਤਾਂ ਨੂੰ ਤੇ ਵਪਾਰੀਆਂ ਦੇ ਵਿੱਚ ਵੰਡਦਾ। ਸਾਡੇ ਪੱਲੇ ਦਾ ਫੇਰ ਨਾ ਆਇਆ, ਆਰਥਿਕ ਮੰਦੀ ਫੇਰ ਹੈ। ਯਾਨੀ ਜਿਹੜਾ ਪੈਸਾ ਅੱਜ ਵਰਤਣਾ ਸੀ ਆਕਸੀਜਨ ਗੈਸਾਂ ਦਵਾਈਆਂ ਖਾਤਰ, ਹਸਪਤਾਲਾਂ ਦੀ ਖਾਤਰ, ਉਹ ਚੱਕ ਕੇ ਪੈਸਾ ਪੂੰਜੀਪਤ ਸਰਮਾਏਦਾਰਾਂ ਦੇ ਝੋਲੀ ਚ ਪਾ। ਹੁਣ ਤੁਸੀਂ ਰੋਜ਼ ਹੀ ਖ਼ਬਰਾਂ ਪੜ੍ਹਦੇ ਹੋ, ਹਾਹਾਕਾਰ ਮੱਚੀ ਪਈ ਹੈ ਨਾ ਬਾਈ ਕਰੋਨਾ ਕਰਕੇ। ਇਹ ਮੋਦੀ ਸਾਹਿਬ ਦਾ ਇੱਕ ਬੰਗਲਾ ਬਣ ਰਿਹਾ ਦਿੱਲੀ ਦੇ ਵਿੱਚ। ਮੈਂ ਜਿੱਥੋਂ ਤੱਕ ਪੜ੍ਹਿਆ, ਪਤਾ ਨਹੀਂ ਗਲਤ ਹੈ ਪਤਾ ਨਹੀਂ ਠੀਕ ਹੈ, ਉੱਥੇ 1,500 ਕਰੋੜ ਰੁਪਈਆ ਲੱਗਣਾ ਹੈ। ਉਹ ਬੰਦ ਨਹੀਂ ਕੀਤਾ, ਸ਼ੁਰੂ ਹੈ। ਤੁਸੀਂ ਤਾਂ ਤੇਜ਼ ਹੋ ਸੋਸ਼ਲ ਮੀਡੀਆ 'ਤੇ ਦੇਖ ਲਿਆ ਹੋਣਾ, ਉਹ 1,500 ਹੈ ਕਿ 15,000 ਹੈ, ਮੈਨੂੰ ਇੰਨਾ ਤਾਂ ਨਹੀਂ ਪਤਾ। ਮੇਰੀ ਜਾਣਕਾਰੀ ਦੇ ਵਿੱਚ ਇਹ ਹੈ ਵੀ ਇੰਨੇ ਰੁਪਈਆਂ ਦਾ ਉਹ ਇਕੱਲੇ ਛੜੇ ਬੰਦੇ ਵਾਸਤੇ ਰਹਿਣ ਵਾਸਤੇ ਮਕਾਨ ਬਣ ਰਿਹਾ ਬਾਈ, ਕੋਠਾ ਬਣ ਰਿਹਾ। ਤੇ ਉਹਦੇ ਕਹਿੰਦੇ ਵੀ ਜੇ ਉਹ ਰੁਪਈਆ ਬੰਦ ਕਰਕੇ ਉਹ 4,100 ਬੈਡਾਂ ਦੇ ਹਸਪਤਾਲ ਖੋਲੇ ਜਾ ਸਕਦੇ, 4,400। ਤੇ ਜੇ 2,00,000 ਕਰੋੜ ਰੁਪਈਆ ਹੁਣ ਇਹਨਾਂ ਕੋਲੇ ਹੁੰਦਾ ਤਾਂ ਆਕਸੀਜਨ ਦੀ ਸ਼ਾਟ, ਹਸਪਤਾਲਾਂ ਦੀ ਸ਼ਾਟ, ਦਵਾਈਆਂ ਦੀ ਸ਼ਾਟ ਨੂੰ ਪੂਰਾ ਕਰਕੇ ਮਨੁੱਖਤਾ ਨੂੰ ਬਚਾਇਆ ਜਾ ਸਕਦਾ। ਪਰ ਮਨੁੱਖਤਾ ਨੂੰ ਬਚਾਉਣ ਦੀ ਖਾਤਰ ਤਾਂ ਬਾਈ ਇਹ ਆਏ ਨਹੀਂ ਹੋਏ। ਆਦਮਖੋਰ ਹੈ, ਬੰਦੇ ਮਾਰਨ ਵਾਲੇ ਹੈ, ਇਸ ਕਰਕੇ ਸਾਡੇ ਨਾਲ ਇਹਨਾਂ ਨੂੰ ਕੋਈ ਹਮਦਰਦੀ ਨਹੀਂ। ਦਿਮਾਗਾਂ ਚੋਂ ਕੱਢ, ਜੇ ਕੋਈ ਕਹੇ ਵੀ ਕਰੋਨਾ ਕਰਕੇ ਉੱਠ ਜਾਓ ਤੁਸੀਂ, ਤੁਹਾਡੇ ਨਾਲ ਸਾਨੂੰ ਫਿਕਰ ਹੈ, ਤੁਹਾਡਾ ਇਹ ਭੁਲੇਖ ਹੈ ਤੁਹਾਡਾ ਬਾਈ। ਤੁਸੀਂ ਜਿੰਨੇ ਉਰੇ ਬੈਠੇ ਹੋ ਇੱਕੋ ਸਮਾਜ ਦੇ ਬੰਦੇ ਆ ਆਪਾਂ, ਸਾਰਿਆਂ ਦੇ ਬੱਚੇ ਨੇ ਪਿੱਛੇ, ਭੈਣ ਭਰਾ ਨੇ। ਤੁਸੀਂ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦਿਓ ਵੀ ਕਰੋਨਾ ਤੋਂ ਆਪਾਂ ਉਰੇ ਬਚੇ ਹੋਏ ਹਾਂ ਕਿ ਪਿੰਡ ਜਾ ਕੇ ਬਚਾ ਨਹੀਂ ਮੇਰੇ ਪਤਾ। ਮੈਨੂੰ ਲੱਗਦਾ ਚਿੱਬੜ ਚਿੱਬੜ ਤੁਸੀਂ ਖਾਂਦੇ ਹੋ ਬਈ ਆਖਣੇ, ਇਸ ਕਰਕੇ ਤੁਸੀਂ ਬਚੇ ਹੋ। ਸਪਰੇਸ ਗੁਰੂ ਠੀਕ ਹੈ, ਖੁੱਲ੍ਹਾ ਵਾਤਾਵਰਨ ਹੈ, ਉਹ ਸਾਡੀ ਜਿਹੜੀ ਲੋਕੇਸ਼ਨ ਹੈ ਇਹ ਖੁੱਲ੍ਹੀ ਹੈ, ਉਸ ਬੱਚਤ ਰੱਖਣੀ ਜ਼ਰੂਰੀ ਹੈ ਆਪਣੇ ਵਾਸਤੇ, ਇਹ ਬੱਚਤ ਰੱਖਣੀ ਜ਼ਰੂਰੀ ਹੈ। ਵੈਸੇ ਕਿਹਾ ਜਾਂਦਾ ਵੀ ਇੱਕ ਤਾਂ ਹੱਡੀ ਦਾ ਫਰਕ ਹੈ, ਪੰਜਾਬੀਆਂ ਦੀ ਹੱਡੀ ਦਾ ਅਤੇ ਦਿੱਲੀ ਵਾਲਿਆਂ ਦੀ ਹੱਡੀ ਦਾ ਹੀ ਫਰਕ ਹੁੰਦਾ। ਜਿਹੜੀ ਹੱਡੀ ਦੇ ਬੰਦੇ ਹੋ ਥੋੜ੍ਹੇ ਮੋਟੇ ਬੁਖਾਰ ਨੂੰ ਤਾਂ ਇਹ ਕਹਿ ਦਿੰਦੇ ਆ ਫਿਰ ਚੱਲੂਗਾ, ਕਿਉਂਕਿ ਮੈਂ ਤੁਹਾਡੇ 'ਚ ਹਾਂ ਬਾਈ। ਮੈਨੂੰ ਜਦੋਂ ਕਰੋਨਾ ਨੇ ਮੂੰਹ ਦੇ ਮੂੰਹ ਡੇਗ ਲਿਆ ਮੈਂ ਫਿਰ ਕਹਿ ਦਿਆਂ ਹਾਂ ਮੈਨੂੰ ਬੁਖਾਰ ਹੈ। 99 ਨੂੰ ਤਾਂ ਇਹ ਕਹਿੰਦੇ ਹੁੰਦੇ ਵੀ ਯਾਰ ਬਿਸਤਰ ਜੀ ਅਸਲੇ ਜਾਂਦਾ ਬਿਸਤਰ ਜੀ। ਜਿਹੜੇ ਛੋਟੀਆਂ ਮੋਟੀਆਂ ਤਕਲੀਫਾਂ ਨੂੰ ਤੁਸੀਂ ਚੱਲ ਸਕਦੇ ਆਹ, ਹੁਣ ਦੇਖੋ ਕਿੰਨੀ ਧੁੱਪ ਪੈਂਦੀ ਹੈ, ਇੰਨੀਆਂ ਜਾਂ ਧੁੱਪਾਂ ਚੱਲੀਆਂ 2.5-2.5 ਘੰਟੇ, 3-3 ਘੰਟੇ ਬਿਨਾ ਟੈਂਟ ਤੋਂ, ਬਿਨਾ ਮੈਟਾਂ ਤੋਂ ਸੜਕਾਂ ਦੇ ਵਿੱਚ ਗਰਮੀ। ਤੁਹਾਡੇ ਯਾਦ ਹੋਣਾ ਸੰਗਰੂਰ ਵਾਲੇ ਬੈਠੇ ਹੋਣੇ, ਇੱਕ ਵਾਰੀ ਆਪਾਂ ਸੁਨਾਮ ਠਾਣਾ ਘੇਰਿਆ, 12 ਵਜੇ ਸੀਗੇ, ਭਾਦੋਂ ਦਾ ਮਹੀਨਾ ਸੀ, ਭਾਦੋਂ ਦੀ ਬਹੁਤ ਜ਼ਿਆਦਾ ਗਰਮੀ, ਠਾਣਾ ਜਾ ਕੇ ਘੇਰ ਲਿਆ। 12:30-1 ਦਾ ਟਾਈਮ, ਜਿਹੜਾ ਮੈਕ ਦਾ ਮੂੰਹ ਸੀ ਬਿਲਕੁਲ ਸੂਰਜ ਸਾਹਮਣੇ, 12:30 ਵਜੇ ਮੇਰਾ ਨਾਂ ਲੈਤਾ ਵੀ ਹੁਣ ਜਗਿੰਦਰ ਪ੍ਰਧਾਨ ਤੋਂ, ਮੂਹਰੇ ਸੂਰਜ, ਉਧਰੋਂ ਉੱਥੇ ਹਵਾ ਲੱਗ ਕੇ ਕੰਧ ਦੇ ਨਾਲ ਲੱਗਿਆ ਹੋਇਆ ਮੈਕ, ਪੌਣਾ ਘੰਟਾ ਮੈਂ ਬੋਲਿਆ। ਮੈਂ ਜਦੋਂ ਬੋਲ ਕੇ ਹਟਿਆ
फिर मेरे को अपने आप नहीं बनिया गया, किसी घर वाले ने मैं खिंच के लिया किसी अंदर वाले। असी वो धुप्पा गर्मिया तकलीफा भुखा दुखा के बीचों भी लंघे हुए लोग, असी सुखी भी बहुत हाँ सूखम भी बहुत हाँ, असी सख्त भी बहुत हाँ दलेर भी बहुत हाँ, असी नरम भी बहुत हाँ रहम दिल भी उन्ने ही। साढ़े तो जबर चलिया भी नहीं जाता, जबर करिया भी नहीं जाता। असी उस महान मिट्टी के बिचों हाँ जिदा डांका दुनिया के बिच बज रहा, फिर नाल नाल सानूं इक सियाणा ते सूझवान ते इन्हां अंदोलनां दी अगवाई करन वाली शक्ति वजों भी उभरना पैना है, सानूं पढ़ना पैना है। इतिहास लड़ाई दे अंग पहलवान ताकत च किन्ना तकड़ा है ये गल दे ज्यादा माने नहीं, वो फुर्तीला किन्ना अंग किन्ने जानता है ये गल की ज्यादा मत, कट्ठ करने कोई औखे नहीं, कट्ठा कंट्रोल करके स्टेट के खिलाफ भुगताना किमें है ये काम सब तो औखा, दिलों च आ जाती है बहुत चाहे गल पार्लीमेंट घेर लिए दिल्ली घेर लिए। एक बारी रखवाल ने ऐलान किया कि जे फलानी तरीक नूं सतलुज जमुना लिंक नहर का फैसला ना किया तां दिल्ली नूं आले दुआले घेरा पाला, जदों कह के निकले हो मैं क्या भी लखवाल साहब मैनूं ऐ दसो भी आपां भला एडी वड्डी दिल्ली नूं घेरा किवें बणांगे, उह कहिंदा कहिण दा की हर्जा, हुण आपां ने तां सच्ची मुच्ची पाई बैठे ने घेरा नहीं पाया दिल्ली, चारे पासे पांच सात सड़क ने दिल्ली दियां सात सड़क, पांच सड़क से आपां डटे बैठे हैं ते साढ़े पांच महीने तो डटे बैठे हैं, इन छोटी गल क्यों मनी जाने नाल यह है पहला छेड़ते नहीं मगरों हटते, पंगा लेंदे नहीं पंगा लैण आएगा जवाब देना दे बच्चे ठाणा तो हम सरकार का कम है, जब तो यह कह के ठावे बी थोड़िया मंगा मन लिया जा रहे कह के ठावे भी उठो नहीं फिर अस आने जे फिर वो आते बी फिर तो हाँ फिर घर की दासतान दसो भी की गल बात, फिर तो हाँ झुग्गियां साढ़िया इतिहास लिख, फिर असं दुनिया के लोगों को दसा भी अस गुरु सानू ऐ दस के नहीं गए, सिर देना कड़ा सौखा बी धोन के उत्तों सिर लिया किसी की खातर लिया एक जान दिती है चीची नहीं दे सकते बई मत को सिर देता है फिर भी सबर एडे सबर तो बाद धुप्पा तो लंघ गया ठंडा लंघ गया मीह लंघ गया कोरोना आ गया बच्चे घरे कले बिलकते ने घरे कदे जाके नहीं देखा घर के बूहे भुल गए बच्चे सियाण हट गए तुम जाग लो सानू इन्हों झुग्गिया के बैठिया भी नहीं चलते, इस गल का जवाब देना इस गल का इंतजार करो। एक यूके के किसी बुद्धिजीवी ने मैं फोन किया कि प्रधान जी इन्ना चिर तुम बंदे किमें बिठा रहे पंजाब वाले, असी ने नहीं बिठाए इन्हों की समझ काम करती है इन्होंने दिमाग काम कर दिया पछाण लग गए ठीक समझ लग गए, जे ये गल पछाण लग गए तो तुम ऐ भी पछाण लो गे, मैं दोहराउना गल बई भी अमरिंदर ने आ बुढ़िया का किराया हूं क्यों माफ किया है गल
जे पेंशनां 1500 रुपया कीतियां ने फिर अज ही क्यों कीतियां ने? जे चुनिया बटदियां ने मैलियां हुण बटन। मैं मेरे बापू जी ने पूछा एक बार रोटी खांदे नूं 2005 ਵਿੱਚ ਐਕਸਪਾਇਰ ਹੋ ਗਏ ਹੋ ਤਾਂ ਬਾਪੂ ਜੀ ਵੋਟ ਕਿਹਨੂੰ ਪਾਉਂਗੇ? ਕਹਿੰਦਾ ਵੀ ਮੈਂ ਤਾਂ ਪਰਮਿੰਦਰ ਢੀਂਡ ਸਿੰਘ ਹਾਂ। ਮੈਂ ਕਿਹਾ ਕੀ ਦੇਖਿਆ ਤੁਸੀਂ ਉਹਨਾਂ 'ਚ? ਕਹਿੰਦਾ ਮੈਂ ਭਰਾਵਾ ਕੁਛ ਨਹੀਂ ਦੇਖਿਆ, ਉਹ ਮੇਰੇ ਪੈਰੀਆਂ ਖਲਾ। ਇੰਨੇ ਸਸਤੇ ਆ ਬਾਈ, ਅਸੀਂ ਇੰਨੇ ਦੇ ਰਹਿਮ ਦੇ ਨਾਸ ਪੈਰੀਆਂ ਹੱਥ ਵੀ ਲਾਉਣਗੇ, ਚੁੰਨੀਆਂ ਵੀ ਬਣਾਉਣਗੇ ਬਾਈ। ਸੋਡੀ ਰੋਟੀ ਮੁਰਗੀ ਖਾ ਕੇ ਜਾਣਗੇ, ਗੰਡੇ ਨਾਲ ਖਾ ਕੇ ਜਾਣਗੇ। ਜੇ ਗੁੜਦੇ ਹੋਣਗੇ ਖੁਰਪਾ ਵੀ ਚੱਕ ਲਾਣਗੇ। ਬਹੁਤ ਨੀਚ ਨੇ, ਗਰਜਾਂ ਦੀ ਮਾਰੇ ਤੁਹਾਨੂੰ ਪਿੱਛੇ ਲਾਉਣ ਦੀ ਖਾਤਰ, ਕੁਰਸੀ ਹਾਸਲ ਕਰਨ ਦੀ ਖਾਤਰ ਬਹੁਤ ਖੇਖਣ ਕਰਦੇ ਨੇ ਜੇ ਬਾਈ। ਪਛਾਣੋ, ਦੋਸਤ ਦੇ ਪਰਦੇ ਦੇ ਪਿੱਛੇ ਭੇੜੀਆ ਹੈ ਦੁਸ਼ਮਣ ਭੇੜੀਆ। ਡੰਗ ਉਦੋਂ ਖਤਰਨਾਕ ਮਰ ਬੁੱਝ ਲੋ। ਠੀਕ ਹੈ, ਖੁੱਲੇ ਛੱਡੇ ਹੋਏ ਹੋ, ਜਿਹਨੂੰ ਮਰਜ਼ੀ ਵੋਟਾਂ ਪਾ ਲਓ, ਸਾਨੂੰ ਅਸੀਂ ਇਹ ਰੋਕਦੇ ਨਹੀਂ, ਕਿਉਂਕਿ ਜਿਹੜੇ ਪਾਸੋਂ ਅਸੀਂ ਰੋਕਾਂਗੇ ਉੱਥੇ ਤੁਸੀਂ ਵੱਧ ਜਾਓ। ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਬਣਾ ਲਓ, ਫੋਨ ਮਾਰ ਦਿਓ ਵੀ ਪਰਮਿੰਦਰ ਜੀ ਮੇਰੀ ਕੁਰਕੀ ਆ ਗਈ, ਮਾੜਾ ਜਿਹਾ ਰੋਕਣਾ। ਨਹੀਂ, ਉਹਦੇ ਪਰਮਿੰਦਰ ਨੇ ਨਹੀਂ ਆਉਣਾ, ਉਹਦੇ ਤਾਂ ਇੱਧਰ ਹੀ ਕੋਈ ਨਾ ਕੋਈ ਆਊਗਾ, ਇਹਨੇ ਹੀ ਨਹੀਂ ਆਉਣਾ। ਤੁਹਾਡੀ ਆਪਦੀ ਤਾਕਤ ਹੀ ਕੰਮ ਕਰਦੇ, ਸਾਡਾ ਤਾਂ ਨੌਵੀਂ ਬਾਈ। ਜਦੋਂ ਤੁਸੀਂ ਖੜ ਜਾਂਦੇ ਹੋ ਉਸੇ ਵੇਲੇ ਬਾਈ ਦਾ ਘਰ ਆ ਜਾਂਦਾ, ਨਹੀਂ ਤਾਂ ਤੂੰ ਹੁੰਦਾ ਕੌਣ ਆ ਬਈ ਚੱਪਰ ਚੱਪਰ ਬੋਲਣ ਵਾਲਾ? ਤੂੰ ਥਾਣੇ 'ਚ ਕਿਵੇਂ ਵੜ ਗਿਆ ਹੋਵੇ? ਜਦੋਂ ਮੂਹਰੋਂ ਐਂ ਕਹਿ ਦਿੰਦਾ ਵੀ ਮੈਂ ਬਾਈ ਬਲਾਕ ਦਾ ਫਲਾਣਾ ਪ੍ਰਧਾਨ ਆ, ਸੰਭਲ ਕੇ ਬੋਲ। ਉਹ ਲਿਆਓ ਪ੍ਰਧਾਨ ਜੀ ਨੂੰ ਕੁਰਸੀ, ਬੋਲੀ ਬਦਲ ਜਾਂਦੀ। ਇਹ ਤੁਹਾਡੀ ਤਾਕਤ ਦਾ ਸਰ, ਇਸ ਤਾਕਤ ਨੂੰ ਸਾਂਭ ਕੇ ਰੱਖੋ, ਇਹਨੂੰ ਬੁੱਕਰ ਚ ਰੱਖੋ, ਬੁੱਕਰ ਦਾ ਹਥਿਆਰ ਹੈ। ਫਿਰ ਗੱਜ ਕੇ ਮੈਦਾਨ 'ਚ ਕਹਿ ਦਾਂਗੇ ਵੀ ਇੱਥੇ ਧਰ ਪਈ, ਇੱਥੇ ਸਾਡਾ ਹਿੱਸਾ ਤਾਂ। 10 ਨੌਕਰੀਆਂ ਕਿੱਥੇ ਨੇ? 10 ਬੇਰੁਜ਼ਗਾਰੀ ਪੱਟਾ ਕਿੱਥੇ ਹੈ? 10 ਬੁਢਾਪਾ ਪੈਂਟਰ ਕਾਨੂੰਨ ਕਿੱਥੇ ਹੈ? ਬਣਾਓ ਕਾਨੂੰਨ ਕਿ ਕਿਸੇ ਕਿਸਾਨ ਨੂੰ ਕਰਜ਼ੇ ਦੇ ਸੰਬੰਧ 'ਚ ਗ੍ਰਿਫਤਾਰ ਨਹੀਂ ਕੀਤਾ ਜਾਊਗਾ। ਬਣਾਓ ਕਾਨੂੰਨ, ਬਣਾਓ ਇਹ ਕਾਨੂੰਨ ਵੀ 60 ਸਾਲ ਦੀ ਉਮਰ ਤੋਂ ਵੱਧ ਕੋਈ ਕਿਸਾਨ, ਕੋਈ ਮਜ਼ਦੂਰ, ਕੋਈ ਭੈਣ, ਕੋਈ ਬੁਢਾ ਖੇਤੀ ਦਾ ਕੰਮ ਨਹੀਂ ਕਰੂਗਾ। ਕਾਨੂੰਨ ਬਣਾ, 60 ਸਾਲ ਤੋਂ ਬਾਅਦ ਕਿਸੇ ਵੀ ਕਿਸਾਨ ਮਜ਼ਦੂਰ ਨੂੰ ਕੰਮ ਕਰਨ ਦੀ ਲੋੜ ਨਹੀਂ। ਚੌਥੇ ਦਰਜੇ ਦੇ ਮੁਲਾਜ਼ਮ ਦੇ ਬਰਾਬਰ ਦੀ ਉਹਦੀ ਪੈਨਸ਼ਨ ਆਟੋਮੈਟਿਕ ਵੱਜ ਜਾਊ, ਘਰੇ ਚਿੱਠੀ ਆ ਜਾਊ। ਨਾ ਬੇਬੇ ਨੂੰ ਕੰਮ ਕਰਨ ਦੀ ਲੋੜ, ਨਾ ਬਾਪੂ ਨੂੰ ਕੰਮ ਕਰਨ ਦੀ ਲੋੜ, ਇਹੋ ਜਿਹੀ ਸਰਕਾਰ ਹੈ ਹੀ ਨਹੀਂ ਬਣੀ। ਬੁੱਢੇ ਵਾਲੇ ਜ਼ਮੀਨ ਸੰਭਾਲ ਦਿਓ, ਮੁੰਡਿਆਂ ਨੂੰ ਚੁੱਲ੍ਹਾ ਸੰਭਾਲ ਦਿਓ, ਨੂੰਹ ਨੂੰ ਚਿੱਟੇ ਪਾਓ ਕੱਪੜੇ, ਚੰਗੀਆਂ ਪਾਓ ਨੱਤੀਆਂ ਨੁੱਤੀਆਂ, ਕਰ ਮੰਜਾ ਡਾ ਕੇ ਰੱਖੋ, ਬਾਪੂ ਨੂੰ ਚਾਦਰ ਵਿਛਾ ਕੇ, ਪਿੱਤਲ ਦਾ ਮੁੰਡਾ ਲੈ ਕੇ, ਨਾਲੇ ਨੂੰਹ ਪਾਣੀ ਪੁੱਛਿਆ ਤੂੰ, ਨਾਲੇ ਪੁੱਤ ਪੁੱਛਿਆ ਤੂੰ, ਸਿਸਟਮ ਬਣੇ ਨਾ ਭਾਈ। ਸਰਕਾਰ ਦੇ ਕੋਲ ਜੇ ਕਾਨੂੰਨ ਸਭ ਤੋਂ ਖੋਣ ਦੇ ਬਣਾਏ ਹੋਏ ਨੇ, ਸਾਨੂੰ ਦੇਣ ਵਾਸਤੇ ਵੀ ਕੋਈ ਕਾਨੂੰਨ ਬਣਾ ਦੇ ਨਾ। ਸਾਡੇ ਮੁੰਡੇ ਪੜ੍ਹ ਜਾਂਦੇ ਨੇ, ਅਸੀਂ ਉਹਨਾਂ ਨੂੰ ਪੁੱਛ ਲੈਂਦੇ ਪੁੱਤ ਕੀ ਕਰਨਾ, ਮੈਂ ਇੰਟਰਵਿਊ ਦੇ ਦਿੰਦਾ। ਪੁੱਛਿਆ ਨਹੀਂ, ਵਾਪਸ ਆ ਗਿਆ ਪਾਪਾ ਕੁਝ, ਪਾਪਾ ਜੀ 5 ਲੱਖ ਰੁਪਇਆ ਮੰਗ ਲਿਆ। ਪਾਪੇ ਕੋਲੇ ਕਿੱਥੇ ਆ 5 ਲੱਖ? ਤੈਨੂੰ ਮਸਾਂ ਪੜਾਇਆ। ਬਣਾਓ ਕਾਨੂੰਨ ਕਿ ਫੁੱਲ ਕੁਆਲੀਫਿਕੇਸ਼ਨ ਕਰਨ ਤੋਂ ਬਾਅਦ ਤੁਸੀਂ ਜਦੋਂ ਕੋਰੋਨਾ ਦੀ ਦਵਾਈ ਲੈਂਦੇ ਹੋ ਬਾਈ, ਉਹ ਮਾਈਆਂ ਨੂੰ ਬੁਰੀ ਲੱਗਦੀ ਹੈ, ਤੁਸੀਂ ਆਪ 'ਚ ਲੜਦੇ ਹੋ, ਤੰਗ ਕਰਦੇ ਹੋ। ਜੇ ਕਿਸੇ ਨੂੰ ਨਹੀਂ ਸਰਦਾ ਨਾ ਬਾਈ, ਕੋਰੋਨਾ ਨਾਲ ਹੱਥ ਨੇ ਕਰਕੇ ਸਮਝੌਤਾ ਖਾ ਕੇ ਰੋਟੀਆਂ ਜੁੱਪੜ ਲੈ ਕੇ ਪੈ ਜਾ। ਮਾਈਆਂ ਨੂੰ ਨਾ ਤੰਗ ਕਰੋ, ਕਦੇ ਹੁਣ ਤੱਕ ਸ਼ਿਕਾਇਤ ਨਹੀਂ ਸੀ ਆਈ, ਅੱਜ ਸੂਬਾ ਕਮੇਟੀ ਦੇ ਵਿੱਚ ਪਹਿਲੀ ਵਾਰ ਸ਼ਿਕਾਇਤ ਆਈ ਹੈ ਕਿ ਕੁਛ ਕੈਂਪ ਦੇ ਵਿੱਚ ਬੰਦੇ ਰਾਤ ਨੂੰ
कोरोना की दवाई लेके खड़मत मचाते। अज साडिया जिले दियां पंजाब दियां अपनियां गड्डियां रात नूं पेट्रोल ते चलन गियां। कोई इहो जिहा मुंडा कोई शरारत करदा मिल गया ना भाई, फिर माफ करो, इस करके ना करो। यह लांबा नहीं होना चाहिए। हिंदुस्तान दियां जिन्नियां जथेबंदियां इत्थे मोर्चे हिंदुस्तान दियां, हिंदुस्तान दी किसी जथेबंदी को इनिया माइया नहीं आई, हालांकि अपने तो बहुत थोड़िया ने। जानी अपनी जथेबंदी हिंदुस्तान के माइया के कट वजो गिणी हुई है, क्योंकि असि माइया थां दें इज्जत करते हैं ना, इन्हों अपने मत्थे सिर ते बहाने, अपदिया भैं गिणद, अपदिया माइया गिणद, अपदिया मावं गिणद, अपने बच्चे गिणद। जे असी इन्हां नूं रिस्पोंस देवांगे तां इह गल दुनिया दे लोक साडे कोलों सिखणगे भाई, इहदे नाल सिर उच्चा हो, क्योंकि साडे बारे तां कहा जांदा है कि जिहड़ा लोक शरारती जांदे ने आ पंजाबी सिख जांदा इहदे नाल रल जाओ ते आपे रख्या करो। जे साडियां माइयां दी आपकी सुरक्षा खतरे थोड़े को आपके खतरे चाहे भाई, फिर थोड़े को दूजा सुरक्षा कि मूह मंगूगा भाई। इस करके मेरी बेनती है इस तरह ना करो। जे ये गल् ने यह तो हूँ ही मोड़ा पैना चाहिए, नहीं फिर सानू होर प्रबंध करना पौ। इना समा देगा मेरे घर समा ज्यादा हो गया, थोड़ा बहुत बहुत धन्यवाद कर दा मैं अपनी थाने ना श्री वाहेगुरू जी का खालसा। ਲੋਕ ਏਕਤਾ ਜਿੰਦਾਬਾਦ 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 ਆਪ ਰੇਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਇਹ ਸਨ ਜਗਿੰਦਰ ਸਿੰਘ ਅਗਰਹਾ, ਸਾਡੇ ਸੂਬੇ ਦੇ ਪ੍ਰਧਾਨ। ਇਹਨਾਂ ਨੇ ਪਹਿਲੋਂ ਗੱਲ ਕੀਤੀ ਹੈ ਸਾਡੇ ਪ੍ਰਧਾਨ ਜੀ ਨੇ ਵੀ ਜਿਹੜੀ ਪਰਚੀ ਹੈ ਆਹ ਜਿਹੜੇ ਤੁਸੀਂ ਲੋਕ ਬੈਠੇ ਹੋ, ਇੱਕ ਪਰਚੀ ਇੱਕ ਪਰਸੈਂਟ, ਸੌ ਦੇ ਵਿੱਚੋਂ ਇੱਕ ਪਰਸੈਂਟ ਤੁਸੀਂ ਪਰਚੀ